ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 8 ਦਾ ਮੈਥ ਦਾ ਪ੍ਰੀ ਬੋਰਡ। ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਹੀ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਹੈ ਉਹ ਤੁਹਾਡੇ ਤੱਕ ਜਲਦੀ ਹੀ ਪਹੁੰਚ ਜਾਵੇ। ਤੁਹਾਡੇ ਐਗਜ਼ਾਮ ਦੀ ਡੇਟ ਸ਼ੀਟ ਦੇ ਅਨੁਸਾਰ ਹੀ ਅਸੀਂ ਜਿਹੜੀ ਪੇਪਰਾਂ ਦੀ ਵੀਡੀਓ ਆ ਉਹ ਟਾਈਮ ਨਾਲ ਅਪਲੋਡ ਕਰਦੇ ਰਵਾਂਗੇ। ਸੋ ਚਲੋ ਜੀ ਫਿਰ ਸਟਾਰਟ ਕਰੀਏ ਅੱਜ ਦਾ ਮੈਥ ਦਾ ਸੈਂਪਲ ਪੇਪਰ। ਪਾਰਟ ਏ ਦੇ ਵਿੱਚ ਸਾਡੇ ਕੋਲ ਫਸਟ ਕੁਐਸਚਨ ਹੈ ਜੀ -1.7 ਦਾ ਗੁਣਾਤਮਕ ਉਲਟ ਦੱਸੋ। ਵਟ ਇਜ਼ ਦਾ ਮਲਟੀਪਲੀਕੇਟਿਵ ਇਨਵਰਸ ਆਫ -1.7। ਜਿਹੜਾ ਤੁਹਾਡਾ ਇਨਵਰਸ ਵਾਲਾ ਕੁਐਸਚਨ ਹੁੰਦਾ ਹੈ ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ -1.7 ਲਿਖਿਆ ਤੁਸੀਂ ਇਸ ਨੂੰ ਪੁੱਠਾ ਕਰ ਦੇਣਾ, ਯਾਨੀ ਰੈਸੀਪ੍ਰੋਕਲ ਕਰ ਦੇਣਾ। 7 ਉੱਪਰ ਆ ਜਾਏਗਾ, -1 ਥੱਲੇ ਚਲ ਜਾਏਗਾ, ਪਰ ਜਿਹੜਾ ਮਾਈਨਸ ਹੈ ਉਹ ਇੱਥੇ ਹੀ ਰਹੇਗਾ, ਮਾਈਨਸ ਕਦੇ ਨਹੀਂ ਨੀਚੇ ਜਾਂਦਾ। ਸੋ ਇਸ ਕਰਕੇ ਇਹਦਾ ਆਨਸਰ ਕੀ ਹੋ ਜਾਏਗਾ ਸਾਡੇ ਕੋਲ -7। ਨੈਕਸਟ ਕੁਐਸਚਨ ਹੈ ਸਾਡੇ ਕੋਲ -3.2 ਵਿੱਚ ਕਿਹੜੀ ਸੰਖਿਆ ਜੋੜੀ ਜਾਵੇ ਕਿ 0 ਪ੍ਰਾਪਤ ਹੋਵੇ। ਵਟ ਨੰਬਰ ਸ਼ੁੱਡ ਬੀ ਐਡਿਡ ਟੂ -3.2 ਗੈਟ 0। ਤੋ ਇੱਥੇ ਕੁਐਸਚਨ ਕੀ ਹੈ, -3/2, ਠੀਕ ਹੈ ਜੀ। ਹੁਣ 0 ਲੈਣਾ ਤੇ ਇਹਦੇ ਵਿੱਚ ਕੀ ਪਲੱਸ ਕਰਨਾ, ਤੁਸੀਂ ਕਰੋਗੇ ਪਲੱਸ ਦਾ 3.2, ਕਿਉਂਕਿ ਪਲੱਸ ਮਾਈਨਸ ਮਾਈਨਸ 3.2 ਮਾਈਨਸ 3.2, ਜੋ 3.2 ਮਾਈਨਸ ਕਰਿਆ ਤਾਂ ਆਨਸਰ ਕੀ ਆ ਗਿਆ ਸਾਡੇ ਕੋਲ 0। ਸੋ ਆਨਸਰ ਕੀ ਹੋਏਗਾ ਸਾਡੇ ਕੋਲ, ਜਿਹੜੀ ਵੈਲਿਊ ਕੀ ਅਸੀਂ ਪੁੱਟ ਕਰਦੇ ਹਾਂ, -3.2 ਕੀ ਹੋਏ ਨੇ। ਟੋਟਲ ਕਿੰਨੇ ਨੇ, 1, 2, 3, 4, 5, 6, 7, ਟੋਟਲ 7 ਨੇ। ਇਸ ਕਰਕੇ ਉਹ ਨੀਚੇ ਆਏਗਾ, ਉੱਪਰ ਕੀ ਆਏਗਾ, ਜਿਹੜੀ ਪ੍ਰੋਬੈਬਿਲਿਟੀ ਤੁਹਾਨੂੰ ਪੁੱਛੀ ਆ, ਜੀ ਦੀ ਪੁੱਛੀ ਆ, ਤਾਂ ਜੀ ਕਿੰਨੇ ਸੀਗੇ, 3, ਠੀਕ ਹੈ ਜੀ। ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ, 3.7, ਆਪਸ਼ਨ ਏ। 6th ਕੁਐਸਚਨ ਹੈ ਸਾਡੇ ਕੋਲ, ਸੰਖਿਆ 50 ਦੇ ਵਰਗ ਵਿੱਚ ਕਿੰਨੀਆਂ ਸਿਫਰਾਂ ਹੋਣਗੀਆਂ। ਹਾਊ ਮੈਨੀ ਜ਼ੀਰੋਜ਼ ਵਿਲ ਦੇਅਰ ਬੀ ਇਨ ਦਾ ਸਕੁਅਰ ਆਫ ਨੰਬਰ 50। ਹੁਣ ਇੱਥੇ ਕੀ ਆ, ਕਹਿੰਦਾ ਹਾਊ ਮੈਨੀ ਜ਼ੀਰੋਜ਼ ਵਿਲ ਦੇਅਰ ਇਨ ਦਾ ਸਕੁਅਰ ਆਫ ਨੰਬਰ 50। ਹੁਣ 50 ਦਾ ਤੁਸੀਂ ਸਕੁਅਰ ਕਰਨਾ, 50 ਦਾ ਸਕੁਅਰ ਮੀਨਸ ਕਿ 50 ਨੂੰ 50 ਨਾਲ ਹੀ ਮਲਟੀਪਲਾਈ ਕਰਨਾ ਹੈ। ਤਾਂ ਕਿੰਨਾ ਆਨਸਰ ਆਏਗਾ, ਦੇਖੋ 5 ਨੂੰ 5 ਨਾਲ ਕਰਾਂਗੇ 25, ਇਹ 2 ਜ਼ੀਰੋਆਂ ਜਿਹੜੀਆਂ ਅਸੀਂ ਇਹਦੇ ਪਿੱਛੇ ਲਗਾ ਦਾਂਗੇ, ਠੀਕ ਹੈ ਜੀ। ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ, 2500, ਪਿੱਛੇ ਕਿੰਨੀਆਂ ਆ ਗਈਆਂ, 2 ਜ਼ੀਰੋਆਂ। ਤਾਂ ਇਹੀ ਉਹ ਕੁਐਸਚਨ ਪੁੱਛ ਰਿਹਾ ਕਿ ਜ਼ੀਰੋਸ ਕਿੰਨੀ ਹੋਣਗੀਆਂ, ਤਾਂ ਅਸੀਂ ਲਿਖਣਾ ਇੱਥੇ 2 ਜ਼ੀਰੋ ਹੋਣਗੀਆਂ। 7th ਕੁਐਸਚਨ ਆ ਸਾਡੇ ਕੋਲ, ਸੰਖਿਆ 5527 ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ। ਵਟ ਇਜ਼ ਦਾ ਯੂਨਿਟ ਨੰਬਰ ਆਫ ਦਾ ਕਿਊਬ ਆਫ ਦਾ ਨੰਬਰ 5227। ਯੂਨਿਟ ਨੰਬਰ ਕੀ ਹੁੰਦਾ, ਦੇਖੋ ਕੋਈ ਵੀ ਜਿਹੜਾ ਨੰਬਰ ਹੈ ਪਿੱਛੇ ਤੋਂ ਲਾਸਟ ਤੋਂ ਫਸਟ ਨੰਬਰ ਦਾ ਹੁੰਦਾ, ਇਹ ਕੀ ਹੁੰਦਾ, ਯੂਨਿਟ ਨੰਬਰ ਹੁੰਦਾ, ਠੀਕ ਹੈ ਜੀ। ਹੁਣ ਇਹਦਾ ਕੀ ਪੁੱਛ ਰਿਹਾ, ਕਿਊਬ ਦਾ। ਹੁਣ ਪਹਿਲਾਂ ਤੁਸੀਂ ਕਿਊਬ ਕੱਢਣਾ ਹੈ, ਇਹ ਜਿਹੜਾ ਤੁਹਾਨੂੰ ਲਾਸਟ ਯੂਨਿਟ ਨੰਬਰ ਹੈ 7, ਇਸਦਾ ਤੁਸੀਂ ਕਿਊਬ ਕੱਢਣਾ ਹੈ। ਕਿਊਬ ਦਾ ਮਤਲਬ ਕੀ ਹੈ ਕਿ 7 ਦੀ ਪਾਵਰ 3। ਤੋਂ 7 ਦੀ ਪਾਵਰ 3 ਦਾ ਮਤਲਬ ਕੀ ਹੋਇਆ ਫਿਰ, 7 × 7 × 7, ਵੀ 7 ਨੂੰ ਹੀ 3 ਵਾਰੀ ਮਲਟੀਪਲਾਈ ਕਰਨਾ ਹੈ, ਤਾਂ ਆਨਸਰ ਕੀ ਆਏਗਾ ਸਾਡੇ ਕੋਲ, 343। ਹੁਣ ਇਹ ਜਿਹੜਾ ਆਨਸਰ ਆਇਆ ਇਸਦਾ ਯੂਨਿਟ ਆਪਾਂ ਦੇਖਣਾ ਵੀ ਉਹ ਕੀ ਹੈ, ਉਹ ਕੀ ਹੈ ਸਾਡੇ ਕੋਲ 3, ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ, ਬੀ ਆਪਸ਼ਨ 3। 8th ਕੁਐਸਚਨ ਆ ਸਾਡੇ ਕੋਲ, 2:5 ਨੂੰ ਪ੍ਰਤੀਸ਼ਤ ਰੂਪ ਵਿੱਚ ਬਦਲੋ, ਕਨਵਰਟ 2:5 ਟੂ ਪਰਸੈਂਟੇਜ। ਹੁਣ ਇਸ ਨੂੰ ਤੁਸੀਂ ਪਰਸੈਂਟੇਜ ਕਨਵਰਟ ਕਰਨਾ, ਤਾਂ ਕਿਵੇਂ ਕਰਾਂਗੇ ਅਸੀਂ, ਦੇਖੋ 2:5 ਦਾ ਮਤਲਬ ਕੀ ਆ ਕਿ 2/5, ਠੀਕ ਹੈ। ਜਦੋਂ ਵੀ ਕੋਈ ਤੁਹਾਨੂੰ ਜਿਸ ਤਰ੍ਹਾਂ ਮੰਨ ਲਓ 6/5 ਲਿਖਿਆ, ਅਸੀਂ ਇਸ ਨੂੰ ਕਹਾਂਗੇ ਤੁਸੀਂ ਰੇਸ਼ੋ ਵਿੱਚ ਕਨਵਰਟ ਕਰਨਾ ਹੈ, ਤਾਂ ਤੁਸੀਂ ਲਿਖੋਗੇ 6:5। ਹੁਣ ਇੱਥੇ ਜਿਹੜੀ ਰੇਸ਼ੋ ਪਹਿਲਾਂ ਦਿੱਤੀ ਹੋਈ ਆ 2:5, ਤੁਸੀਂ ਇਹਨੂੰ ਲਿਖ ਸਕਦੇ ਹੋ 2/5। ਹੁਣ ਜਦੋਂ ਵੀ ਕਿਸੇ ਚੀਜ਼ ਨੂੰ ਪਰਸੈਂਟੇਜ ਬਦਲਣਾ, ਤੁਸੀਂ ਕੀ ਕਰਨਾ, ਉੱਥੇ ਮਲਟੀਪਲਾਈ 100 ਕਰ ਦੇਣਾ, ਠੀਕ ਹੈ। ਹੁਣ ਇਹਦੀ ਕਟਿੰਗ ਕਰ ਦੇਣੀ ਆ, 5 ਦੇ ਟੇਬਲ 'ਚ 100 ਦੇਖਣਾ ਕਿੱਥੇ ਆਇਆ, 20 ਤੇ, ਉਹ ਇਹ 20 ਨੂੰ 2 ਨਾਲ ਮਲਟੀਪਲਾਈ ਕਰ ਦੇਣਾ, ਤਾਂ ਕਿੰਨਾ ਆਨਸਰ ਆ ਜਾਏਗਾ, 40। ਤਾਂ ਆਨਸਰ ਕੀ ਹੋਏਗਾ ਸਾਡੇ ਕੋਲ, ਆਪਸ਼ਨ ਬੀ 40%। 9th ਕੁਐਸਚਨ ਆ ਸਾਡੇ ਕੋਲ, ਕਟੌਤੀ ਕਿਸ ਮੁੱਲ ਤੇ ਪਤਾ ਕੀਤੀ ਜਾ ਸਕਦੀ ਹੈ, ਐਟ ਵਿਚ ਪ੍ਰਾਈਸ ਕੈਨ ਦਾ ਡਿਸਕਾਊਂਟ ਬੀ ਕੈਲਕੂਲੇਟਿਡ। ਜਿਹੜੀ ਕਟੌਤੀ ਜਿਹੜੀ ਹੁੰਦੀ ਆ, ਦੇਖੋ ਉਹ ਹਮੇਸ਼ਾ ਪਤਾ ਕੀਤੀ ਜਾ ਸਕਦੀ ਹੈ ਮਾਰਕੀਟ ਪ੍ਰਾਈਸ ਤੇ। 10th ਕੁਐਸਚਨ ਆ ਸਾਡੇ ਕੋਲ, ਬਹੁਪਦ a² + 3a + 2 ਕਿਸ ਪ੍ਰਕਾਰ ਦੀ ਬਹੁਪਦ ਹੈ, ਵਿਚ ਟਾਈਪ ਆਫ ਦਾ ਪੋਲੀਨੋਮੀਅਲ ਇਜ਼ a² + 3a + 2। ਹੁਣ ਇਹਦਾ ਤੁਸੀਂ ਕਿਵੇਂ ਗਿਣਨਾ, ਦੇਖੋ ਇਹ ਜਿਹੜੀਆਂ ਪੋਲੀਨੋਮੀਅਲ ਆ ਜਾਂਦਾ ਤੁਹਾਨੂੰ ਵੀ ਕਿੰਨੇ ਪ੍ਰਕਾਰ ਦੀ ਹੈ, ਤਾਂ ਤੁਸੀਂ ਇਹਨੂੰ ਮੋਨੋਮੀਅਲ ਕਿਵੇਂ ਦੇਖਦੇ ਹੋ, ਮੋਨੋਮੀਅਲ ਦੇਖਦੇ ਹਾਂ ਅਸੀਂ, ਜੇ ਮੰਨ ਲਓ ਇੱਥੇ ਸਿੰਗਲ ਦਿੱਤਾ, ਦੇਖੋ ਪਾਵਰ ਦਾ ਕੋਈ ਚੱਕਰ ਨਹੀਂ, ਇੱਥੇ ਤੁਸੀਂ ਦੇਖਣਾ ਵੀ ਸਿੰਗਲ ਐਕਸ ਹੈ ਜਾਂ ਇਹਦਾ ਕੁਝ ਵੀ ਲਿਖਿਆ ਹੋ ਸਕਦਾ, ਮੰਨ ਲਓ 2x ਲਿਖਿਆ, ਪਰ ਇਹਦੇ ਵਿੱਚ ਹੋਰ ਕੁਝ ਨਹੀਂ ਲਿਖਿਆ, ਕੋਈ ਪਲੱਸ ਮਾਈਨਸ ਐਡ ਨਹੀਂ ਕੀਤਾ। ਫਿਰ ਅੱਗੇ ਆ ਜਾਂਦਾ ਦੋਪਦੀ ਬਾਇਨੋਮੀਅਲ, ਉਹ ਕੀ ਹੁੰਦਾ ਤੁਹਾਡੇ ਕੋਲ, 2x + 1, 2, ਇਹਨੂੰ ਅਸੀਂ ਕਹਿੰਦੇ ਨੇ ਦੋਪਦੀ, ਵੀ ਇੱਕ ਇਸ ਨੂੰ ਮੰਨਣਾ ਦੂਜਾ ਇਸ, ਜੇ 2 ਹੋ ਜਾਂਦੇ ਨੇ ਫਿਰ ਕੀ ਕਹਿੰਦੇ ਆ, ਦੋਪਦੀ ਯਾਨੀ ਬਾਇਨੋਮੀਅਲ। ਹੁਣ ਅੱਗੇ ਕੀ ਆ ਗਿਆ, ਟ੍ਰੀਨੋਮੀਅਲ, ਟ੍ਰੀਨੋਮੀਅਲ ਕੀ ਹੁੰਦਾ, ਮਤਲਬ ਦਿੱਤਾ x² + 2x + 2, ਠੀਕ ਹੈ ਜੀ। ਇੱਥੇ ਕਹਿੰਦਾ 1, 2, 3, ਇਸ ਤਰ੍ਹਾਂ ਤੁਸੀਂ ਯਾਦ ਰੱਖਣਾ। ਇਸ ਤਰ੍ਹਾਂ ਜਿਵੇਂ ਕੋਆਰਡੀਨੇਟਰ ਉਹ 'ਚ 4 ਦਿੱਤੇ ਹੋਣਗੇ, ਇੱਥੇ ਨਾਲ 4 ਮੰਨ ਲਓ, ਕੁਛ ਵੀ ਇੱਥੇ 5 ਜਾਂ 4 ਕੁਛ ਵੀ ਲੱਗਿਆ ਹੋਊਗਾ, ਤਾਂ ਇਹ ਬਣ ਗਏ
चार, वन टू थ्री फोर। तो इतने की है साढ़े को, वन टू थ्री, ठीक है जी। तो आंसर की है साढ़े को ट्रिनोमियल तीन पद। इलेवन क्वेश्चन है साढ़े को, घन के किन्ने किनारे होंगे, हाउ मैनी एजिस आर देयर इन अ क्यूब, किन्ने एजिस होंगे। तो अपने को आंसर है जी 12 एजिस होंगे किसी क्यूब के। 12 क्वेश्चन है साढ़े को, घनाभ का आयतन पता करने का सूत्र की होंगे, व्हाट इज द फार्मूला ऑफ फाइंडिंग द वॉल्यूम ऑफ क्यूब। क्यूब इतने घनाभ जो है वो पंजाबी घनाभ लिखा पर इंग्लिश क्यूब लिखा। वैसे जे घनाभ में देखा जाए तो इंग्लिश उसकी बनती है क्यूबाइड, ठीक है जी। तो इसका फार्मूला की होंगे साढ़े को, जो ऑप्शन के विचों की है इतने एल मल्टीप्लाई बी मल्टीप्लाई एच, ये सी ऑप्शन साढ़े को इतने आंसर हो जाएगा। पर जो थोड़े को क्यूब का भी पूछा हों तो आंसर की लिखना सेगा, जो क्यूब का वॉल्यूम तुम पूछ लेंगे तो लिखना ए की पावर थ्री। 13 क्वेश्चन है साढ़े को, थ्री की पावर जीरो मल्टीप्लाई फोर की पावर जीरो का मूल की होगा, व्हाट विल बी द वैल्यू ऑफ 3 डिग्री मल्टीप्लाई 4 डिग्री। तो जो भी तुम इतने उपर 4 की डिग्री या 5 की डिग्री कुछ भी लिखा आ जाता है तो उसमें हमेशा की करना है वन के कन्वर्ट कर देना, ठीक है जी। तो इतने लिखा अभी वन मल्टीप्लाई वन, आंसर क्या आ जाएगा साढ़े को वन। तो ऑप्शन क्या होगा साढ़े को बी। 14 क्वेश्चन है साढ़े को, 4YZ 14Z का साझा गुणनखंड की होगा, व्हाट विल बी द कॉमन फैक्टर ऑफ 4YZ एंड 14Z। तो कॉमन फैक्टर किमें कढ़ते हैं तुम्हें पता ही है, इतने लिख लेना 4YZ इजिकल टू। कॉमन फैक्टर कढ़ने लिए की करना, देखो पहले इतने साफ साफ लिख लेना 4YZ, फिर नीचे लिख लेना उसे 4Z, ठीक है जी। 4 का तुम एलसीएम लेना है, रफ के जाके 2 2 का 4, 2 1 का 2, इतने लिख लेना है 2 मल्टीप्लाई 2 मल्टीप्लाई, ये जो जेड एंड वाई लिखा है भी नाल लिखना है, मल्टीप्लाई वाई मल्टीप्लाई जेड। फिर उस तो बाद 14 का लेना ये भी रफ के ही लेना है 2 7 का 7 1 का, फिर 2 मल्टीप्लाई 7 मल्टीप्लाई ये जो जेड लिखा है ये भी इतने नाल, ठीक है जी। फिर कॉमन देख लेना दोनों 2 एंड 2 ये कॉमन आ गया, और कुछ कॉमन की है जेड एंड ए जेड, ठीक है ये नाल लिख लेना। आंसर की हो गया साढ़े को 2Z, तो आंसर की इतने ऑप्शन के डी। 15 नंबर के क्वेश्चन है तुहाडे कोल, विच ऑफ द फॉलोइंग ग्रास विल बी यूज टू रीप्रजेंट द गिवन टेबल, भी जी दिती गई साजी नूं दर्शाउण लई हेठ लिखियां विचों किस ग्राफ की वरतों की जाएगी, भी जिहड़ियां तुहानूं इह तुसीं अमाउंट दित्तियां जिहड़ा तुहानूं इह क्वेश्चन दिता है भी इसनूं असीं किस दे विच जाके पुट कर सकते हैं, किस दे विच बना सकते हैं, पिक्टोग्राफ है, पाई चार्ट बना सकते हैं, हिस्टोग्राम च बना सकते हैं, कि लीनियर ग्राफ च बना सकते हैं। देखो पिक्टोग्राफ की भी मैं तुहानूं इत्थे पिक्चर दिखाई हुई है, ये पिक्टोग्राफ है, ये हिस्टोग्राम है, ये पाई चार्ट है, और साढ़े कोल लीनियर इक्वेशन, ठीक है लीनियर ग्राफ है। तो इस तरीके की जी वैल्यू तुम्हें दिखाई होंगी है तो उसमें तुम किमें बना सकते हो, तुम लीनियर ग्राफ के बना सकते हो, तो ऑप्शन हो जाएगा साढ़े को सी। क्वेश्चन नंबर 16 है साढ़े को, जे एन डिवाइड 5 तो बाकी 2 प्राप्त होंगे है तो संख्या एन की इकाई का अंक की होगा, एन डिवाइड 5 गिव्स द रिमेनिंग 2, व्हाट विल बी द यूनिट नंबर ऑफ द नंबर एन। हुण क्वेश्चन की आ कहिंदे जे मान लो एन दे असी 8 पा दईए तां डिवाइड 5 करिए, तां इस नूं जदों देखो तुसीं 8 नाल डिवाइड करोगे 5 1 दा 5 अते 3 बचेगी साढ़े को 3। तां इही ओ क्वेश्चन पुछदा है कि तुसीं इत्थे की पुट करिए, हुण इत्थे असीं पुट करांगे देखो 7 5 तां 5 1 दा 5, 7 चो 5 गए 2, तां साढ़े कोल की बचिया 2, तो आंसर की हो जाएगा साढ़े को 7, भी 2 या 7 जो जो असं पुट करांगे तां साढ़े कोल जो रिमेनिंग है वो 2 बचेगा। नेक्स्ट है साढ़े को क्वेश्चन नंबर 2, दिते प्रश्न सही गलत उत्तर चुनने हैं, तुसी ट्रू एंड फाल्स नू चूज करना है, सारे क्वेश्चन ये भी एक नंबर के होंगे। फर्स्ट है साढ़े को, द डायगनल ऑफ द स्केयर आर इक्वल, वर्ग के विकर्ण बराबर होंगे। देखो जी ये स्केयर है, ये उसके डायगनल ने जिसनों असं विकर्ण भी कह दें, तो हमेशा जो स्केयर है इसकी साइड भी बराबर होंगी, जे 2 है तो बाकी सारी की साइडा भी 2 हो जाएगियां, तो जेडे डायगनल ने ये भी इक्वल हो जाएंगे, ठीक है जी। तो आंसर की हो जाएगा साढ़े को ट्रू। सेकंड है साढ़े को, इफ वन साइड ऑफ अ स्क्वेयर इज नोन दैन इट्स कंस्ट्रक्शन इज पॉसिबल, किसी वर्ग की एक भुजा पता है तो इसकी रचना की जा सकती है, हाँ जी इसकी रचना की जा सकती है, इसकी कंस्ट्रक्शन की जा सकती है, आंसर हो जाएगा। थर्ड क्वेश्चन है साढ़े को, द हिस्टोग्राम इज आल्सो नोन एज द बार ग्राफ, आयत चित्र नूं छड़ ग्राफ के नाम नाम भी जाने जाता है। तो देखो जी ये साढ़े को पिक्चर है, देखो ये हिस्टोग्राम भी है ते ए बार ग्राफ, हुण देखो दोनों की डिफरेंस है, इस दे देखो जिहड़ी नाल जुड़ रही है ये नाल नाल अगे जुड़ के ग्राफ बनता है, ठीक है जी। पर बार ग्राफ है कि हुंदा
अलग अलग बनता है, ठीक है जी। तो इस करके की हुआ है डिफरेंट है, तो आंसर की हुआ है साढ़े को फाल्स भी नहीं जी, ये इको ग्राम के नाल नहीं जाने। फोर्थ क्वेश्चन है साढ़े को, द कोफिशिएंट ऑफ एक्स इन पॉलीनोमियल 7x² - x+5 इज 1, की ये ट्रू है कि फाल्स है। वो पद 7x² - x+5 विच एक्स का गुणांक 1 है, हुणे सही है या गलत है किवें दसांगे। देखो तुसीं जदों भी कोफिशिएंट वाला क्वेश्चन आंदा है, जे तुहानू पुछिया मान लो ये इत्थे मैं 7x² लिखदा ते मैं तुहानू ये कह दां कि एक्स स्केयर का कोफिशिएंट दसो, तां तुसीं की देखोगे कि एक्स स्केयर दे नाल की लिखिया है, वो लिखिया 7, तां आंसर हो जाएगा साढ़े कोल 7। हुण इत्थे की पुछिया उसने एक्स का कोफिशिएंट की होएगा, तां तुसीं क्वेश्चन च किथे देखना जाके वो एक्स दे नाल की लिखिया, ठीक है। एक्स दे नाल कुछ नहीं लिखिया तां असीं की मानदे हां 1, पर जिहड़ा साइन है ये भी ध्यान रखना है। साइन देखो की लिखिया माइनस का, तां इत्थे माइनस का ही साइन लगेगा कोफिशिएंट दे विच भी, तां आंसर की हो जाएगा साढ़े कोल इसका -1। पर ये की पूछ रहा है कि 1 है या नहीं, तां असीं कहांगे फाल्स 1 नहीं है, आंदा जी -1। फिफ्थ क्वेश्चन है साढ़े कोल, इफ द लेंथ ऑफ द साइड ऑफ ए क्यूब इज 1 यूनिट, कहिंदा जे जिहड़ी क्यूब दी लेंथ जिहड़ी है 1 यूनिट हो जाए, भी एक घन दी जिहड़ी भुजा दी लंबाई 1 सेंटीमीटर होवे, देन इट्स टोटल सरफेस एरिया विल बी 1 स्क्वेयर यूनिट, तां इसदी कुल सतह दा खेत्रफल 1 सेंटीमीटर स्क्वेयर होवेगा। नहीं जी ये फाल्स है, क्योंकि इसका देखो एरिया ऑफ क्यूब साढ़े को की हो जाता है, वो होंगे साढ़े को 6a का स्क्वेयर, तो इस करके आंसर जो है गलत। सिक्स क्वेश्चन है साढ़े को, द पॉपुलेशन ऑफ ए कंट्री एंड द एरिया ऑफ लैंड पर परसन, दिस इज एन एग्जाम्पल ऑफ अ डायरेक्ट क्वेश्चन, कहिंदा ये जिहड़ी किसी देश की जनसंख्या से प्रति व्यक्ति जमीन का खेत्रफल, ये सीधे अनुपात की उदाहरण है, तां असीं आंसर करांगे इसका फाल्स, नहीं जी ये सीधे अनुपात की उदाहरण नहीं है। सैवंथ क्वेश्चन, 3576 संख्या 4 का गुणज इज अ मल्टीपल नंबर ऑफ 4, कहिंदा भी जिहड़ा ये इसका मल्टीपल है या नहीं है, तुसीं की करना देखो 3576 इसके पिछले दो डिजिट देख लेने हैं, जिहड़ा 76 है ये 4 दे टेबल च आंदा कि नहीं आंदा, देखो 4 ना डिवाइड करके देख लांगे, 4 1 4, 7 4 3 6, 4 9 36, ये 4 ना डिवाइड हो गया, तो आंसर की होया साढ़े को ट्रू। तुसी जेड़ा इस दे विच पिछले डिवाइड करके देख सकते हो, ते जे तुहानू ज्यादा कंफ्यूजन है तुसी सारा भी डिवाइड करके देख सकते हो, ठीक है जी। सारा डिवाइड करोगे तां पता लग जूगा तुहानू कि ये डिवाइड हो रहा है कि नहीं हो रहा। क्वेश्चन नंबर 8 है साढ़े को, गिवन द टेबल द वैल्यू ऑफ एप्पल्स इज एन इंडिपेंडेंट वेरिएबल, दित्ती गई सारणी सेबां दा मूल इक स्वतंत्र चल है, नहीं जी स्वतंत्र चल नहीं है, ये फाल्स आंसर हो जाएगा इसका। हूँ थर्ड क्वेश्चन के विच की है, खाली स्थान भरो फिलिंग दी ब्लैंक्स, इस दी भी जिहड़ियां फिलिंग दी ब्लैंक तुहाडे कोल एक एक नंबर दी आऊगी, ते क्वेश्चन नंबर फर्स्ट है दे कोल, ईच एंगल ऑफ अ रैक्टेंगल इज, जिहड़ा रैक्टेंगल हुंदा देखो इस शेप दा हुंदा है, ओह कहिंदा इसका जिहड़ा एंगल है ये सारे एंगल इसके किन्ने डिग्री दे होणगे, तां तुसीं याद रखना है जिहड़े रैक्टेंगल दे सारे एंगल ओह 90 डिग्री दे हुंदे आ। सैकंड क्वेश्चन आ साडे कोल, द पाई चार्ट गिवन शोज़ द परसेंटेज ऑफ बॉयज एंड गर्ल्स इन अ स्कूल, कहिंदे इक तुहानूं पाई चार्ट दित्ता गया, इसदे विच परसेंटेज दित्ती गई है बॉयज एंड गर्ल्स दी, इफ द टोटल नंबर ऑफ स्टूडेंट इन दिस स्कूल इज 500, कहिंदा जे एक स्कूल दे विच 500 बच्चे ने टोटल, दैन द नंबर ऑफ गर्ल्स विल बी, तां गर्ल्स दी गिणती किन्नी होएगी, तुसीं इहदे लिखना टोटल बच्चे किन्ने ने 500 मल्टीप्लाई कर देना है जिन्नी तुहानू लड़की की परसेंटेज दिती है, 50/100, ये परसेंटेज का मतलब की होंगे नीचे 100 लगा देना है, 0 ना 0 कट गई, A0 ना A0 कट जानी है, 50 बचिया ते 5 बचिया, तो 50 नू 5 नाल मल्टीप्लाई करांगे तो आंसर की आएगा साढ़े को 250, तो इतने असं फिल कर देंगे जी आंसर 250। थर्ड फिलिंग दी ब्लैंक्स है a² + a² + a³ + a4 डैश, देखो जो भी तुहानू कोले कोई डिजिट जिहड़े ने सेम होण ते उपर पावरां जिहड़ियां डिफरेंट होण और विच मल्टीप्लाई होवे, तां तुसीं की करना है पावरां जिहड़ियां उहो प्लस कर देनी है, ठीक है जी। तां आंसर की जिस तरह मैं एग्जांपल दे रहा इत्थे, एग्जांपल आ गई साडे कोल जिस तरह 4 + 5 पर असीं करता 9, हुण इत्थे गिनणा किन्ना ए दी किन्नी है, ते कुछ नहीं तां हमेशा 1 मिलनी है, इस गल दा ध्यान रखना है, 1 और 2 और 1 3, 3 और 3 6, 6 और 4 10, तां ए दी पावर होगी साडे कोल 10। तुसीं नाल ये भी याद रखना है कि देखो जे मान लो तुहाडे इत्थे 5 दित्ता ए दी पावर और विच डिवाइड पाया है, ठीक है जी, और इत्थे पावर 4 है, तुसीं की करना है पावरां जिहड़ियां उह माइनस कर देणियां, जे डिवाइड आ गया तां पावर माइनस, मल्टीप्लाई आ गया तां पावर प्लस कर। फोर्थ क्वेश्चन आ साडे कोल, इफ द लेंथ ऑफ अ साइड ऑफ अ स्क्वेयर पेपर इज 7.5 सेंटीमीटर, जेकर इक वर्गाकार कागज दी इक भुजा दी लंबाई 7.5 सेंटीमीटर होवे, दैन द पेरीमीटर ऑफ दिस पेपर विल बी, तां कागज दा परिमाप की होएगा, तो ये सिंपल की लाना है, इत्थे पेरीमीटर ऑफ स्क्वेयर दा फार्मूला लगावांगे 4 × साइड 4 × 7.5, तुसीं हुण पॉइंट दे कंफ्यूजन नहीं होना, तुसीं लिखना है 7.5 नीचे 4 नाल मल्टीप्लाई कर देना है,
5 4 ਦਾ 20 ਕੈਰੀ ਕੀਤਾ 2 4 7 ਦਾ 28 ਦੇ ਵਿੱਚ 2 ਪਲੱਸ ਕੀਤੇ ਤਾਂ ਕਿੰਨਾ ਆ ਗਿਆ ਸਾਡੇ ਕੋਲ 30 ਹੁਣ ਇੱਥੇ ਦੇਖਣਾ ਤੁਸੀਂ ਕਿੱਥੇ ਸੀਗਾ ਇੱਕ ਛੱਡ ਕੇ ਪੁਆਇੰਟ ਸੀ ਤਾਂ ਇੱਥੇ ਅਸੀਂ ਆਨਸਰ ਦੇ ਵਿੱਚ ਵੀ ਇੱਕ ਛੱਡ ਕੇ ਪੁਆਇੰਟ ਲਗਾ ਦੇਣਾ ਤਾਂ ਆਨਸਰ ਕੀ ਬਣ ਗਿਆ ਸਾਡੇ ਕੋਲ 30 ਆ ਪਿਛਲਾ ਜਿਹੜਾ ਤੁਸੀਂ ਛੱਡ ਸਕਦੇ ਹੋ ਇਹਦਾ ਕੋਈ ਵੈਲਿਊ ਨਹੀਂ ਹੁੰਦੀ ਤਾਂ ਆਨਸਰ ਆ ਜਾਏਗਾ ਸਾਡੇ ਕੋਲ 30 ਫਿਫਥ ਕੁਐਸਚਨ ਆ ਸਾਡੇ ਕੋਲ ਇਫ ਦਾ ਪ੍ਰਾਈਸ ਆਫ ਅ ਸਪੈਸ਼ਲ ਟਾਈਪ ਆਫ 5 ਮੀਟਰ ਕਲੋਥ ਇਜ਼ 250 ਕਹਿੰਦਾ ਕਿਸੇ ਵਿਸ਼ੇਸ਼ ਪ੍ਰਕਾਰ ਦੇ 5 ਮੀਟਰ ਕੱਪੜੇ ਦਾ ਮੁੱਲ 250 ਰੁਪਏ ਹੋਵੇ ਦੈਨ ਦਾ ਪ੍ਰਾਈਸ ਆਫ 2 ਮੀਟਰ ਕਲੋਥ ਵਿਲ ਬੀ ਤਾਂ 2 ਮੀਟਰ ਕੱਪੜੇ ਦਾ ਮੁੱਲ ਕੀ ਹੋਵੇਗਾ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਇਹੋ ਜਿਹੇ ਕੁਐਸਚਨ ਤੁਸੀਂ ਸਭ ਤੋਂ ਪਹਿਲਾਂ 1 ਮੀਟਰ ਦਾ ਕੱਢਣਾ ਹੈ ਹੁਣ ਮੰਨ ਲਓ 250 ਤੁਹਾਨੂੰ ਕਹਿ ਰਿਹਾ ਤੁਸੀਂ 1 ਮੀਟਰ ਦਾ ਕੱਢਣਾ ਟੋਟਲ ਕਿੰਨਾ ਗਿਆ 5 ਮੀਟਰ ਦਾ 5 ਥੱਲੇ ਲਗਾ ਲੈਣਾ ਠੀਕ ਹੈ ਜੀ ਇਸ ਨੂੰ ਅਸੀਂ ਕਟਿੰਗ ਕਰ ਦਾਂਗੇ 5 5 ਦਾ ਇੱਥੇ 0 ਨਾਲ ਆ ਗਈ 50 ਆ ਗਿਆ ਉਹਨਾਂ ਨੇ ਕਿੰਨੇ ਪੁੱਛਿਆ 2 ਦਾ ਤਾਂ ਅਸੀਂ 2 ਮਲਟੀਪਲਾਈ ਕਰ ਦਾਂਗੇ ਆਨਸਰ ਆ ਗਿਆ ਸਾਡੇ ਕੋਲ 100 ਤਾਂ ਇੱਥੇ ਆਨਸਰ ਕੀ ਆਏਗਾ ਸਾਡੇ ਕੋਲ 100 6th ਕੁਐਸਚਨ ਆ ਸਾਡੇ ਕੋਲ ਇਫ ਦਾ ਵੇਰੀਏਬਲ ਐਕਸ ਐਂਡ ਵਾਈ ਆਰ ਇਨ ਡਾਇਰੈਕਟ ਪ੍ਰੋਪੋਰਸ਼ਨ ਫਿਲਿੰਗ ਦਾ ਬੈਲੈਂਸ ਇਨ ਦਾ ਟੇਬਲ ਬਿਲੋ ਕਹਿੰਦਾ ਜੇਕਰ ਰਾਸ਼ੀਆਂ ਐਕਸ ਅਤੇ ਵਾਈ ਸਿੱਧੇ ਅਨੁਪਾਤ ਵਿੱਚ ਹੋਣ ਤਾਂ ਹੇਠ ਦਿੱਤੀ ਸਾਰ ਦੇ ਵਿੱਚ ਖਾਲੀ ਥਾਂ ਭਰੋ ਤੁਸੀਂ ਕੀ ਕਰਨਾ ਇੱਥੇ ਦੇਖੋ ਇਹ 12 ਪੋਨ ਨੀਚੇ ਕੀ ਹੈ 48 ਤੁਸੀਂ ਇਹ ਦੇਖਣਾ 12 ਦੇ ਟੇਬਲ ਦੇ ਵਿੱਚ 48 ਕਿੱਥੇ ਆਉਂਦਾ ਤਾਂ ਅਸੀਂ ਦੇਖਣਾ ਹੈ ਕਿੱਥੇ ਆਇਆ 4 ਤੇ ਤਾਂ ਇਸੇ 4 ਨੂੰ ਹੀ ਇੱਥੇ 6 ਨਾਲ ਮਲਟੀਪਲਾਈ ਕਰ ਦੇਣਾ ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ 24 ਉਹ ਇੱਥੇ ਪੁੱਟ ਕਰ ਦਾਂਗੇ ਆਨਸਰ ਹੋ ਜਾਏਗਾ ਸਾਡੇ ਕੋਲ 24 7th ਕੁਐਸਚਨ ਆ ਸਾਡੇ ਕੋਲ 2 ਮਾਈਨਸ 3 ਦਾ ਮੁੱਲ ਕੀ ਹੁੰਦਾ ਹੈ ਵੈਲਿਊ ਆਫ 2 ਦੀ ਪਾਵਰ ਮਾਈਨਸ 3 ਤਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਦੇਖੋ ਜਦੋਂ ਵੀ ਤੁਹਾਨੂੰ ਕੋਈ ਵੈਲਿਊ ਦਿੱਤੀ ਹੋਈ ਆ ਮੰਨ ਲਓ 2 ਦੀ ਵੈਲਿਊ 3 ਦਿੱਤੀ ਆ ਤਾਂ ਤੁਸੀਂ ਕਿਵੇਂ ਦੇਖਣਾ ਹੈ ਤੇ 2 ਨੂੰ 3 ਵਾਰੀ ਹੀ ਮਲਟੀਪਲਾਈ ਕਰ ਦੇਣਾ ਤਾਂ ਆਨਸਰ ਆ ਜਾਏਗਾ ਸਾਡੇ ਕੋਲ 8 ਪਰ ਇੱਥੇ ਕੀ ਆ ਸਾਡੇ ਕੋਲ ਵੈਲਿਊ ਜਿਹੜੀ ਆ ਮਾਈਨਸ ਦੇ ਵਿੱਚ ਦਿੱਤੀ ਆ ਜਦੋਂ ਮਾਈਨਸ ਦਿੱਤੀ ਆ ਤਾਂ ਤੁਸੀਂ ਕੀ ਕਰਨਾ ਹੈ 1 अपॉन 2 ਕਰ ਦੇਣਾ ਹੈ ਜਿਹੜਾ ਉਸ ਦੀ ਪਾਵਰ ਨੀਚੇ ਲੈ ਜਾਣੀ ਹੈ ਠੀਕ ਹੈ ਜੀ ਫਿਰ ਇੱਥੇ ਇਸ ਦਾ ਮਤਲਬ ਕੀ ਹੋਇਆ 1 अपॉन 2 ਮਲਟੀਪਲਾਈ 1 अपॉन 2 ਮਲਟੀਪਲਾਈ 1 अपॉन 2 ਤਾਂ ਆਨਸਰ ਕਿੰਨਾ ਆਇਆ ਸਾਡੇ ਕੋਲ 1 अपॉन ਨੀਚੇ ਮਲਟੀਪਲਾਈ ਕੀਤਾ ਤਾਂ ਆਨਸਰ ਆ ਗਿਆ 8 ਤਾਂ ਆਨਸਰ ਹੋਇਆ ਸਾਡੇ ਕੋਲ ਇੱਥੇ 1 अपॉन 8 8th ਕੁਐਸਚਨ ਆ ਸਾਡੇ ਕੋਲ ਅ ਨੰਬਰ ਹੂਜ਼ ਯੂਨਿਟ ਡਿਜਿਟ ਇਜ਼ 5 ਇਜ਼ ਆਲਵੇਜ਼ ਅ ਮਲਟੀਪਲ ਆਫ ਦਾ ਨੰਬਰ ਕਹਿੰਦੇ ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ ਹਮੇਸ਼ਾ ਸੰਖਿਆ ਡੈਸ਼ ਦਾ ਗੁਣਜ ਹੁੰਦੀ ਆ ਮੰਨ ਲਓ ਤੁਹਾਨੂੰ ਉਹ ਕਹਿ ਰਿਹਾ ਦੇਖੋ 25 ਹੈ ਤਾਂ ਇਹਦਾ ਯੂਨਿਟ ਨੰਬਰ ਕੀ ਹੈ 5 ਤਾਂ ਅਸੀਂ ਕੀ ਦੇਖਣਾ ਹੈ ਵੀ ਇਹ ਜਿਹੜਾ ਸਾਰਾ ਨੰਬਰ ਹੈ ਇਹ ਕਿਸ ਤੇ ਡਿਵਾਈਡ ਹੋ ਜਾਊਗਾ ਤਾਂ ਸਾਨੂੰ ਪਤਾ ਹੈ ਇਹ ਜਿਹਦੇ ਪਿੱਛੇ 0 ਤੇ 5 ਲੱਗ ਜੇ ਉਹ ਹਮੇਸ਼ਾ 5 ਤੇ ਡਿਵਾਈਡ ਹੁੰਦਾ ਹੀ ਹੁੰਦਾ ਹੈ ਤਾਂ ਇੱਥੇ ਆਨਸਰ ਕੀ ਹੋਏਗਾ ਸਾਡੇ ਕੋਲ 5 ਅੱਗੇ ਸੈਕਸ਼ਨ B ਸਟਾਰਟ ਹੈ ਸਾਡੇ ਕੋਲ ਜੀ ਹਰੇਕ ਜਿਹੜਾ ਕੁਐਸਚਨ ਆ ਉਹ 2 ਮਾਰਕਸ ਦਾ ਹੋਏਗਾ 4th ਨੰਬਰ ਤੇ ਕੁਐਸਚਨ ਹੈ ਇੱਥੇ 7.4 ਨੂੰ ਸੰਖਿਆ ਰੇਖਾ ਤੇ ਦਰਸਾਓ ਰੀਪ੍ਰੈਜ਼ੈਂਟ 7.4 ਅੰਡਰਲਾਈਨ ਬਹੁਤ ਹੀ ਸਿੰਪਲ ਕੁਐਸਚਨ ਆ ਦੇਖੋ ਇੱਥੇ ਤੁਸੀਂ ਨੰਬਰ ਲਾਈਨ ਬਣਾਓ ਠੀਕ ਹੈ ਇੱਥੇ ਤੁਸੀਂ ਪੁਆਇੰਟ ਲਗਾ ਲਓ 1 2 3 4 5 6 7 ਠੀਕ ਹੈ ਜੀ ਅੱਗੇ 8 ਠੀਕ ਹੈ ਹੁਣ ਇੱਥੇ ਕੀ ਕੀ ਆ ਨੀਚੇ ਕੀ ਨੀਚੇ ਕੀ ਆ ਇਸਦੇ 4 ਤਾਂ ਤੁਸੀਂ ਸਾਰਿਆਂ ਦੇ ਨੀਚੇ 4 ਲਗਾ ਦੇਣਾ ਹੈ ਇਸ ਤਰ੍ਹਾਂ ਕਰਕੇ ਸਾਰਿਆਂ ਦੇ ਨੀਚੇ ਲਗਾ ਲਓ ਠੀਕ ਹੈ ਜੀ ਫਿਰ ਉਸ ਬਾਅਦ ਤੁਸੀਂ ਕੀ ਦੇਖਣਾ ਕੀ ਪੁੱਛਿਆ ਤੁਹਾਨੂੰ 7.4 ਦੇਖੋ ਇਹ 7.4 ਇਹ ਇਸ ਤਰ੍ਹਾਂ ਤੁਸੀਂ ਇੱਥੇ ਰਾਉਂਡ ਮਾਰ ਦੇਣਾ ਉਸ ਨੂੰ ਇਸ ਸੇਮ ਜਿਸ ਤਰ੍ਹਾਂ ਮੈਂ ਬਣਾਇਆ ਤੁਹਾਨੂੰ ਤੁਸੀਂ ਇਦਾਂ ਹੀ ਉੱਤੇ ਬਣਾ ਕੇ ਆਣਾ ਪਰ ਇੱਥੇ ਇੱਕ 0 ਲਗਾ ਲੈਣੀ ਹੈ ਪੁਆਇੰਟ 5th ਨੰਬਰ ਤੇ ਕੁਐਸਚਨ ਹੈ ਦਿੱਤੇ ਚਿੱਤਰ ਵਿੱਚ x ਦਾ ਮਾਪ ਪਤਾ ਕਰੋ ਫਾਈਂਡ ਦਾ ਮਈਅਰ ਆਫ x ਇਨ ਦਾ ਗਿਵਨ ਫਿਗਰ ਤੁਸੀਂ ਕਰਨਾ ਇੱਕ ਇਹ ਕਿਹੜੀ ਫਿਗਰ ਹੈ ਦੇਖੋ ਜੀ ਪੋਲੀਗਨ ਦੇ ਜਿਹੜੇ ਬਾਹਰਲੇ ਯਾਨੀ ਐਕਸਟੀਰੀਅਰ ਐਂਗਲ ਜਿਹੜੇ ਹੁੰਦੇ ਆ ਉਹਨਾਂ ਦਾ ਸਮ ਜਿਹੜਾ ਕਿੰਨੇ ਡਿਗਰੀ ਦੇ ਬਰਾਬਰ ਹੁੰਦਾ ਹੈ 360 ਡਿਗਰੀ ਦੇ ਇੱਥੇ ਅਸੀਂ ਲਿਖਾਂਗੇ ਦੇਖੋ x + 125 + 125 = 360 ਡਿਗਰੀ x + 125 + 125 ਕਿੰਨਾ ਹੋਏਗਾ 250 = 360 x = 360 minus a 250 ਦੂਜੀ ਸਾਈਡ ਲੈ ਕੇ ਜਾਵਾਂਗੇ ਤਾਂ ਇਹਦਾ ਸਾਈਨ ਚੇਂਜ ਹੋ ਜਾਏਗਾ ਸਾਈਨ ਕਿਹੜਾ ਦੇਖਣਾ ਹੁੰਦਾ ਜਿਹੜਾ ਇਸ ਤੋਂ ਪਹਿਲਾਂ ਲੱਗਿਆ ਠੀਕ ਹੈ ਜੀ ਸਾਈਨ ਹੋ ਗਿਆ ਸਾਡੇ ਕੋਲ ਮਾਈਨਸ ਦਾ ਫਿਰ x = ਮਾਈਨਸ ਕੀਤਾ ਸਾਡੇ ਕੋਲ ਆਨਸਰ ਆ ਜਾਏਗਾ 110 110 ਡਿਗਰੀ 6th ਨੰਬਰ ਤੇ ਕੁਐਸਚਨ ਹੈ ਸੰਖਿਆ 5776 ਦਾ ਵਰਗਮੂਲ ਪਤਾ ਕਰੋ ਫਾਈਂਡ ਦਾ ਸਕੁਅਰ ਰੂਟ ਆਫ ਨੰਬਰ 5776 ਸਕੁਅਰ ਰੂਟ ਪਤਾ ਕਰਨ ਲਈ ਕੀ ਕਰਦੇ ਆ ਅਸੀਂ ਇਸ ਤਰੀਕੇ ਦੇ ਇੱਕ ਗ੍ਰਾਫ ਬਣਾਉਂਦੇ ਆ 5776 ਅੰਦਰ ਰੱਖ ਲੈਣਾ ਤੁਸੀਂ ਇਸ ਨੂੰ ਦੋ ਦੋ ਵਿੱਚ ਡਿਵਾਈਡ ਕਰ ਲੈਣਾ ਇਹਨਾਂ ਨੂੰ ਠੀਕ ਹੈ ਹੁਣ ਇਹ ਕੀ ਆ ਗਿਆ ਸਾਡੇ ਕੋਲ 57 ਪਰ ਇੱਥੇ ਦੇਖਣਾ ਤੁਸੀਂ ਕਿਹੜਾ ਡਿਜਿਟ ਰੱਖਿਆ ਮੰਨ ਲਓ ਤੁਸੀਂ ਇੱਥੇ 5 ਰੱਖਿਆ ਤੇ 5 ਨੂੰ 5 ਨਾਲ ਹੀ ਮਲਟੀਪਲਾਈ ਕਰਨਾ ਤਾਂ ਆਨਸਰ ਕੀ ਆਏਗਾ ਸਾਡੇ ਕੋਲ 25 ਪਰ ਆਪਾਂ ਨੂੰ ਕੀ ਚਾਹੀਦਾ ਇੱਥੇ 57 ਜਾਂ 57 ਤੋਂ ਛੋਟਾ ਤਾਂ ਅਸੀਂ ਦੇਖਾਂਗੇ 6 ਨਾਲ ਦੇਖੋ 66 ਨਾਲ 36 77 ਨਾਲ ਕਿੰਨਾ ਆਇਆ 49 88 ਨਾਲ ਕਿੰਨਾ ਆਇਆ 64 ਠੀਕ ਹੈ ਹੁਣ ਤੁਸੀਂ ਦੇਖ ਲੈਣਾ ਇਹਦੇ ਵਿੱਚ ਦੇਖੋ ਕਿਸ ਦਾ ਆਪਣਾ ਕਿਹੜਾ ਛੋਟਾ ਹੈ ਸਭ ਤੋਂ
49 ਜਿਹੜਾ 64 ਵੱਡਾ ਹੋ ਗਿਆ ਔਰ 49 ਜਿਹੜਾ 57 ਤੋਂ ਛੋਟਾ ਹੋ ਗਿਆ ਤਾਂ ਇੱਥੇ ਅਸੀਂ ਕੀ ਕਰਾਂਗੇ 7 ਨਾਲ ਡਿਵਾਈਡ ਕਰਾਂਗੇ 7 7 ਦਾ P9 ਠੀਕ ਹੈ ਜੀ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ ਮਾਈਨਸ ਕਰਕੇ ਕੀ ਆਇਆ ਸਾਡੇ ਕੋਲ 7 17 ਚੋਂ 9 ਗਏ 8 ਫਿਰ ਅੱਗੇ ਹੁਣ ਜਿਹੜੇ ਦੋ ਨੇ ਅੱਗੇ ਅਸੀਂ ਦੋਨੋਂ ਇਕੱਠੇ ਹੀ ਉਤਾਰਨੇ ਆ ਇਸ ਦੇ ਵਿੱਚ ਇਹੀ ਰੂਲ ਆ ਕਿ ਦੋਨੋਂ ਤੁਸੀਂ ਇਕੱਠੇ ਉਤਾਰਨੇ ਆ ਫਿਰ ਜਿਹੜਾ ਤੁਸੀਂ ਇਹ ਲਿਖਿਆ 7 ਔਰ 7 ਇਹਨਾਂ ਨੂੰ ਤੁਸੀਂ ਪਲੱਸ ਕਰ ਲੈਣਾ ਪਲੱਸ ਕਰਕੇ ਲਿਖ ਲੈਣਾ ਇੱਥੇ ਜੋ ਵੀ ਆਨਸਰ ਆ ਗਿਆ ਕੀ ਆਇਆ ਸਾਡੇ ਕੋਲ 14 ਫਿਰ ਇੱਥੇ ਹੁਣ 14 ਦੇ ਨਾਲ ਫਿਰ ਉਸਨੇ ਸਟਾਰਟ ਹੋ ਜਾਣਾ ਜੇ ਤੁਸੀਂ ਇੱਥੇ ਦੇਖੋ 2 ਲਿਖੋਗੇ ਤਾਂ ਫਿਰ 2 ਨਾਲ ਹੀ ਮਲਟੀਪਲਾਈ ਕਰਨਾ ਪਊਗਾ ਕਿੰਨਾ ਆਨਸਰ ਆਏਗਾ 2 2 ਦਾ 4 2 4 ਦਾ 8 2 1 ਦਾ 2 ਠੀਕ ਹੈ ਹੁਣ ਇੱਥੇ ਅਸੀਂ ਦੇਖਾਂਗੇ 1 4 ਦੇ ਨਾਲ ਜੇ ਅਸੀਂ ਮੰਨ ਲਓ ਇੱਥੇ 6 ਲਗਾ ਦਈਏ ਤਾਂ ਇੱਥੇ ਕੀ ਲਵਾਂਗੇ 6 6 ਦਾ 36 ਤੇ ਇੱਥੇ ਆ ਗਿਆ 3 6 4 ਦਾ 24 24 ਦੇ 3 ਪਲੱਸ ਕੀਤੇ 27 ਇੱਥੇ 2 ਆ ਗਿਆ ਔਰ 6 1 ਦਾ 6 ਔਰ 2 8 ਦੇਖੋ ਇਹ ਕਿੰਨਾ ਆ ਗਿਆ 8 7 6 ਪੂਰਾ ਕੰਪਲੀਟ ਹੋ ਗਿਆ ਦੇਖ ਇੱਥੇ ਲਿਖਾਂਗੇ 6 ਇੱਥੇ ਵੀ 6 ਔਰ 8 7 6 ਇਹ ਪੂਰਾ ਡਿਵਾਈਡ ਹੋ ਗਿਆ ਔਰ ਇਹਦਾ ਸਕੁਅਰ ਰੂਟ ਕੀ ਬਣ ਕੇ ਆਇਆ ਫਿਰ ਸਾਡੇ ਕੋਲ 76 ਇਹਦਾ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਫਿਰ 76 ਨੈਕਸਟ 7th ਕੁਐਸਚਨ ਆ ਸਾਡੇ ਕੋਲ ਸੰਖਿਆ 10648 ਦਾ ਘਣਮੂਲ ਪਤਾ ਕਰੋ ਫਾਈਂਡ ਦਾ ਕਿਊਬ ਰੂਟ ਆਫ ਦਾ ਨੰਬਰ 10648 ਇਸ ਤਰੀਕੇ ਦੇ ਕੁਐਸਚਨ ਦੇਖੋ ਜਦੋਂ ਵੀ ਕੋਈ ਕਿਊਬ ਰੂਟ ਜਾਂ ਸਕੁਅਰ ਰੂਟ ਪਤਾ ਕਰਨਾ ਤੁਸੀਂ ਕੀ ਕਰਨਾ ਇੱਥੇ ਫੈਕਟਰਾਈਜ਼ ਵਾਲਾ ਕਾਲਮ ਬੁਲਾ ਲੈਣਾ 10648 ਔਰ ਇੱਥੇ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ ਜਿਸ ਡਿਜਿਟ ਦੇ ਪਿੱਛੇ 02468 ਇਹ ਲੱਗ ਜਾਵੇ ਇਹ ਕਿੱਥੇ ਡਿਵਾਈਡ ਹੋਊਗਾ 2 ਤੇ ਹੀ ਡਿਵਾਈਡ ਹੋਊਗਾ ਹਮੇਸ਼ਾ ਉਹ ਜਿਹਦੇ ਪਿੱਛੇ 1357 ਇਹ ਲੱਗ ਜੇ ਇਹ 3 ਤੇ ਵੀ ਡਿਵਾਈਡ ਹੋ ਸਕਦਾ ਹੈ 5 ਤੇ ਵੀ ਹੋ ਸਕਦਾ ਹੈ 7 ਤੇ ਵੀ ਹੋ ਸਕਦਾ ਹੈ 9 ਤੇ ਵੀ ਹੋ ਸਕਦਾ ਹੈ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ 21 ਹੈ ਤੇ ਇਹਦੇ ਪਿੱਛੇ ਕੀ ਲੱਗਿਆ 1 ਇਹ 3 ਤੇ ਵੀ ਹੋ ਸਕਦਾ ਹੈ 7 ਤੇ ਵੀ ਹੋ ਸਕਦਾ ਹੈ ਔਰ ਜਿਹਦੇ ਪਿੱਛੇ 5 ਲੱਗ ਜੇ ਇਹ ਹਮੇਸ਼ਾ 5 ਤੇ ਡਿਵਾਈਡ ਹੋਏਗਾ ਹੀ ਹੋਏਗਾ ਹੁਣ ਦੇਖੋ ਇੱਥੇ ਲਾਸਟ ਦੇ ਵਿੱਚ ਕੀ ਲੱਗਿਆ 2 ਤਾਂ ਇਸ ਨੂੰ ਤੁਸੀਂ ਡਿਵਾਈਡ ਕਰੋਗੇ ਤਾਂ ਆਨਸਰ ਤੁਹਾਡੇ ਕੋਲ ਆਏਗਾ 53224 ਠੀਕ ਹੈ ਫਿਰ ਅੱਗੇ ਫਿਰ ਦੇਖੋ ਲਾਸਟ ਵਿੱਚ 2 ਲਿਖਿਆ ਫਿਰ ਇੱਥੇ 2 ਨਾਲ ਡਿਵਾਈਡ ਕੀਤਾਗੇ 2 ਨਾਲ ਡਿਵਾਈਡ ਕਰਾਂਗੇ ਫਿਰ ਆਨਸਰ ਕੀ ਆਏਗਾ ਸਾਡੇ ਕੋਲ 2662 ਦੇਖੋ ਫਿਰ ਕੀ ਲੱਗਿਆ ਪਿੱਛੇ 2 ਤਾਂ ਇਹ ਫਿਰ 2 ਤੇ ਡਿਵਾਈਡ ਹੋਏਗਾ ਆਨਸਰ ਕੀ ਆਏਗਾ ਸਾਡੇ ਕੋਲ 1331 ਹੁਣ ਪਿੱਛੇ ਕੀ ਲੱਗਿਆ 1 ਉਸ ਨੂੰ ਤੁਸੀਂ ਡਿਵਾਈਡ ਕਰੋਗੇ ਦੇਖੋ ਨਾ ਤਾਂ ਇਹ 3 ਤੇ ਡਿਵਾਈਡ ਹੋ ਰਿਹਾ ਨਾ 5 ਤੇ ਨਾ 7 ਤੇ ਨਾ 9 ਤੇ ਇਹ ਡਿਵਾਈਡ ਹੋਏਗਾ ਜਾਂ 11 ਤੇ 11 ਨੂੰ ਮਲਟੀਪਲਾਈ ਕਰਾਂਗੇ ਅਸੀਂ 121 ਨਾਲ ਫਿਰ ਨੈਕਸਟ ਆ ਜੀ ਲਿਖਾਂਗੇ 11 121 11 ਦੇ ਟੇਬਲ 'ਚ ਕਿੱਥੇ ਆਉਂਦਾ ਹੈ 11 ਤੇ ਹੀ ਆਉਂਦਾ ਹੁਣ ਦੇਖੋ ਇੱਥੇ ਲਿਖ ਲਾਂਗੇ 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 11 ਮਲਟੀਪਲਾਈ 11 11 ਹੁਣ ਦੇਖੋ ਇੱਥੇ ਕਿਊਬ ਹੈ ਕਿਊਬ ਦਾ ਮਤਲਬ ਕੀ ਹੁੰਦਾ ਹੈ 3 ਹੁਣ ਇੱਥੇ ਜਿਹੜੇ ਤੁਸੀਂ 3 3 ਦਾ ਪੇਅਰ ਬਣਾਉਣਾ ਦੇਖੋ 3 A ਬਣ ਗਏ ਐਂਡ 3 A ਨੇ ਇਹਨਾਂ 'ਚੋਂ ਇੱਕ ਕੱਢ ਲੈਣਾ ਹੈ ਔਰ ਇਹਨਾਂ 'ਚੋਂ ਫਿਰ ਇੱਕ 11 'ਚੋਂ ਕੱਢ ਲੈਣਾ ਠੀਕ ਹੈ ਜੀ ਇਹ ਮਲਟੀਪਲਾਈ ਕਰਕੇ ਆਨਸਰ ਕਿੰਨਾ ਆਇਆ ਸਾਡੇ ਕੋਲ 22 ਹੁਣ ਇਸ ਦਾ ਕੁਐਸਚਨ ਮਤਲਬ ਕੀ ਬਣਿਆ ਕਿ 22 ਨੂੰ ਜੇ ਅਸੀਂ 3 ਵਾਰੀ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ 10648 8th ਨੰਬਰ ਦੇ ਕੁਐਸਚਨ ਆ ਸਾਡੇ ਕੋਲ 840 ਰੁਪਏ ਅੰਕਿਤ ਮੁੱਲ ਵਾਲੀ ਇੱਕ ਵਸਤੂ 714 ਰੁਪਏ ਵਿੱਚ ਵੇਚੀ ਜਾਂਦੀ ਹੈ ਤਾਂ ਕਟੌਤੀ ਪ੍ਰਤੀਸ਼ਤ ਪਤਾ ਕਰੋ ਇਫ ਮਾਰਕੀਟ ਪ੍ਰਾਈਸ ਆਫ ਐਨ ਆਈਟਮ ਇਜ਼ ਰੁਪੀਜ਼ 840 ਐਂਡ ਇਟ ਇਜ਼ ਸੋਲਡ ਐਟ ਰੁਪੀਜ਼ 17 ਦੈਨ ਫਾਈਂਡ ਦਾ ਡਿਸਕਾਊਂਟ ਪਰਸੈਂਟ ਠੀਕ ਹੈ ਜੀ ਹੁਣ ਇੱਥੇ ਕੀ ਕਰਨਾ ਤੁਸੀਂ ਡਿਸਕਾਊਂਟ ਵਾਲਾ ਫਾਰਮੂਲਾ ਲਗਾਉਣਾ ਦੇਖੋ ਡਿਸਕਾਊਂਟ ਇਜ਼ ਇਕਵਲ ਟੂ ਇਸ ਦਾ ਫਾਰਮੂਲਾ ਕੀ ਹੁੰਦਾ ਹੈ ਮਾਰਕ ਪ੍ਰਾਈਸ ਯਾਨੀ MP ਮਾਈਨਸ ਸੇਲ ਪ੍ਰਾਈਸ ਯਾਨੀ ਐਸ ਪੰਜਾਬੀ ਜੇ ਅਸੀਂ ਲਿਖ ਦਿੰਦੇ ਹਾਂ ਦੇਖੋ ਕਟੌਤੀ ਇਜ਼ ਇਕਵਲ ਟੂ ਅੰਕਿਤ ਮੁੱਲ ਮਾਈਨਸ ਵੇਚ ਮੁੱਲ ਠੀਕ ਹੈ ਜੀ ਹੁਣ ਡਿਸਕਾਊਂਟ ਹੀ ਅਸੀਂ ਪਤਾ ਕਰਨਾ ਹੈ ਮਾਰਕ ਪ੍ਰਾਈਸ ਕੀ ਆ ਸਾਡੇ ਕੋਲ ਦੇਖੋ ਇੱਥੇ 840 840 ਮਾਈਨਸ ਸੋਲ ਪ੍ਰਾਈਸ ਕੀ ਆ ਸਾਡੇ ਕੋਲ 714 ਠੀਕ ਹੈ ਇੱਥੇ ਸਾਡੇ ਕੋਲ ਡਿਸਕਾਊਂਟ ਨਿਕਲ ਕੇ ਆ ਜਾਏਗਾ ਫਿਰ ਕਿੰਨਾ ਆਇਆ ਸਾਡੇ ਕੋਲ ਮਾਈਨਸ ਕਰਕੇ 126 ਇਹ ਕੀ ਆ ਗਿਆ ਸਾਡੇ ਕੋਲ ਡਿਸਕਾਊਂਟ ਹੁਣ ਅਸੀਂ ਕਰਨਾ ਹੈ ਜੀ ਪਰਸੈਂਟੇਜ ਦੇ ਵਿੱਚ ਕੱਢਣਾ ਹੈ ਪਰਸੈਂਟੇਜ ਕਿਵੇਂ ਕੱਢਦੇ ਆ ਦੇਖੋ 126 ਉੱਪਰ ਟੋਟਲ ਕਿੰਨਾ ਦੇਖੋ ਉਹ 840 ਨੀਚੇ ਮਲਟੀਪਲਾਈ 100 ਠੀਕ ਹੈ ਇਸ ਨੂੰ ਅਸੀਂ ਕਟਿੰਗ ਕਰ ਦਾਂਗੇ ਦੇਖੋ 0 ਨਾਲ 0 ਕੱਟ ਗਈ ਦੇਖੋ ਇਹਦੇ ਪਿੱਛੇ ਕੀ ਲੱਗਿਆ 6 ਇਹਦੇ ਪਿੱਛੇ 4 ਇਟ ਮੀਨਸ ਕੀ ਹੈ ਕਿ ਦੋਨੋਂ 2 ਤੇ ਡਿਵਾਈਡ ਹੋਣਗੇ 2 ਤੇ 44 ਨੂੰ ਕੱਟਾਂਗੇ ਕਿੰਨਾ ਆਏਗਾ ਅੰਕ ਕਿੰਨਾ ਆਏਗਾ ਆਨਸਰ ਸਾਡੇ ਕੋਲ 2 4 ਦਾ 8 2 2 ਦਾ 4 ਇੱਥੇ ਕੱਟਾਂਗੇ ਤਾਂ ਕਿੰਨਾ ਆਏਗਾ ਸਾਡੇ ਕੋਲ 2 6 ਦਾ 12 2 3 ਦਾ 6 ਫਿਰ ਇਹ ਕਟਿੰਗ ਹੋਣਗੇ ਦੇਖੋ 63 ਐਂਡ 42 ਕਿਹੜੇ ਟੇਬਲ ਤੇ ਆਉਂਦੇ ਆ ਇਹ ਆਉਂਦੇ ਆ 21 ਦੇ ਟੇਬਲ ਦੇ ਵਿੱਚ ਇਸ ਨੂੰ ਅਸੀਂ ਦੇਖੋ 3 ਦੇ ਟੇਬਲ ਤੇ ਕੱਟਾਂਗੇ 3 ਦੇ ਟੇਬਲ ਚ 42 ਕਿੱਥੇ ਆਇਆ 14 ਤੇ ਐਂਡ 3 ਦੇ ਟੇਬਲ ਚ 63 ਕਿੱਥੇ ਆਇਆ 3 2 ਦਾ 3 1 ਦਾ ਠੀਕ ਹੈ ਜੀ ਫਿਰ ਅੱਗੇ 7 2 ਦਾ 7 3 ਦਾ ਫਿਰ ਉੱਪਰ ਕੀ ਬਚੇਗਾ ਸਾਡੇ ਕੋਲ 3 ਐਂਡ 10 ਇੱਥੇ ਕੀ ਆ ਗਿਆ ਸਾਡੇ ਕੋਲ 30 ਅਪੋਨ 2 ਹੁਣ ਇਸ ਨੂੰ ਕਟਿੰਗ ਕਰ ਦਾਂਗੇ 2 ਦੇ ਟੇਬਲ 30 ਕਿੱਥੇ ਆਇਆ 15 ਤੇ ਤਾਂ ਆਨਸਰ ਕੀ ਆਇਆ ਸਾਡੇ ਕੋਲ ਲਾਸਟ ਦੇ ਵਿੱਚ 15% 9th ਨੰਬਰ ਤੇ ਆ ਤੁਹਾਡੇ ਕੋਲ ਕੁਐਸਚਨ
फाइंड द वैल्यू ऑफ 102 द स्क्वायर यूजिंग सुटेबल आइडेंटिटी। ढुकवें तत् समक का प्रयोग करते हुए 102 की पावर 2 का मुल पता करो। तो इसमें तुम किवें करना सॉल्व, देखो 102 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ 100 ਪਲੱਸ 2 ਦਾ ਸਕੁਅਰ। ਇੱਥੇ ਸਾਡੇ ਕੋਲ ਫਾਰਮੂਲਾ ਲੱਗਦਾ ਹੈ a ਪਲੱਸ b ਦਾ ਹੋਲ ਸਕੁਅਰ ਇਜ਼ ਇਕੁਅਲ ਟੂ a ਸਕੁਅਰ ਪਲੱਸ b ਸਕੁਅਰ ਪਲੱਸ 2ab। ਸੋ a ਦੀ ਵੈਲਿਊ ਕੀ ਹੋਊਗੀ ਸਾਡੇ ਕੋਲ 100 ਐਂਡ b ਦੀ ਵੈਲਿਊ ਕੀ ਹੈ ਸਾਡੇ ਕੋਲ 2। ਠੀਕ ਹੈ ਜੀ, ਤਾਂ ਇੱਥੇ ਪੁੱਟ ਕਰ ਦੇਣੀ ਹੈ। a ਦੀ ਵੈਲਿਊ ਪੁੱਟ ਕਰੋ 100 ਇਜ਼ ਦਾ ਸਕੁਅਰ ਪਲੱਸ b ਦੀ ਵੈਲਿਊ 2 ਇਜ਼ ਦਾ ਸਕੁਅਰ ਪਲੱਸ 2 ਫਿਰ a ਦੀ ਵੈਲਿਊ 100 ਫਿਰ b ਦੀ ਵੈਲਿਊ 2। 100 ਦਾ ਸਕੁਅਰ ਮਤਲਬ ਕੀ ਆ ਕਿ 100 ਨੂੰ 100 ਨਾਲ ਹੀ ਮਲਟੀਪਲਾਈ ਕਰਨਾ ਹੈ ਤਾਂ ਕਿੰਨਾ ਆਨਸਰ ਆਇਆ ਸਾਡੇ ਕੋਲ 1 ਨਾਲ 4 ਜ਼ੀਰੋਆਂ। ਠੀਕ ਹੈ ਜੀ, ਇੱਥੇ ਪੁੱਟ ਕਰ ਦੇਣੀ ਹੈ 1 ਨਾਲ 4 ਜ਼ੀਰੋਆਂ ਪਲੱਸ 2 ਦਾ ਸਕੁਅਰ ਕੀ ਆ 4 ਪਲੱਸ 2 100 ਦਾ 200 ਫਿਰ ਉਸ ਨੂੰ 2 ਨਾਲ ਅੱਗੇ ਮਲਟੀਪਲਾਈ ਕੀਤਾ ਕਿੰਨਾ ਆਇਆ ਸਾਡੇ ਕੋਲ 400। ਉਹ ਇਸ ਨੂੰ ਤੁਸੀਂ ਲਾਸਟ ਵਿੱਚ ਪਲੱਸ ਕਰ ਦੇਣਾ 10,000 ਉੱਪਰ 400 ਨੀਚੇ ਫਿਰ 4 ਲਾਸਟ। ਇਹਨੂੰ ਤੁਸੀਂ ਪਲੱਸ ਕਰੋਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ 10,404 10404। 10th ਕੁਐਸਚਨ ਆ ਸਾਡੇ ਕੋਲ, ਇਫ 15 ਵਰਕਰਸ ਕੈਨ ਬਿਲਡ ਅ ਵਾਲ ਇਨ 48 ਆਵਰਸ ਟੂ ਕੰਪਲੀਟ ਦਾ ਸੇਮ ਵਰਕ ਇਨ 30 ਆਵਰਸ। ਕਹਿੰਦੇ ਜੇ 15 ਵਰਕਰ ਜਿਹੜੇ ਨੇ ਉਹ ਮਤਲਬ ਕਿ 48 ਘੰਟਿਆਂ ਦੇ ਵਿੱਚ ਕਿਸੇ ਦੀਵਾਰ ਨੂੰ ਬਣਾ ਸਕਦੇ ਆ ਤਾਂ ਇਸੇ ਕੰਮ ਨੂੰ 30 ਘੰਟੇ ਵਿੱਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਜ਼ਰੂਰਤ ਹੋਵੇਗੀ। ਹਾਊ ਮੈਨੀ ਵਰਕਰਸ ਵਿਲ ਬੀ ਨੀਡਿਡ। ਤੁਸੀਂ ਕੀ ਕਰਨਾ ਇੱਥੇ ਦੇਖੋ, ਵਰਕਰ ਇੱਥੇ ਲਿਖ ਲੈਣਾ ਅਪੋਨ ਲਿਖ ਲੈਣਾ ਇੱਥੇ ਟਾਈਮ। ਠੀਕ ਹੈ ਜੀ, ਔਰ ਇੱਥੇ ਇਸ ਤਰ੍ਹਾਂ ਕੋਲਮ ਬਣਾ ਲੈਣੇ ਆ। ਔਰ ਇੱਥੇ ਕੀ ਆ, ਵਰਕਰ ਕਿੰਨੇ ਨੇ ਸਾਡੇ ਕੋਲ ਦਿੱਤੇ ਉਹਨੇ 15, ਟਾਈਮ ਕਿੰਨਾ ਦੱਸਿਆ 48। ਠੀਕ ਹੈ, ਨੈਕਸਟ ਕੋਲਮ ਦੇ ਵਿੱਚ ਸਾਨੂੰ ਵਰਕਰ ਹੀ ਪਤਾ ਕਰਨੇ ਆ ਤੇ ਇੱਥੇ ਐਕਸ ਲਗਾਵਾਂਗੇ ਔਰ ਨੀਚੇ ਲਿਖਾਂਗੇ ਅਸੀਂ ਕਿੰਨੇ ਟਾਈਮ ਜਿਹੜਾ ਕਿੰਨਾ ਲੱਗਦਾ ਹੈ 30 ਘੰਟੇ ਦੇ ਵਿੱਚ ਅਸੀਂ ਪਤਾ ਕਰਨਾ ਹੈ। ਠੀਕ ਹੈ ਜੀ, ਹੁਣ ਅੱਗੇ ਅਸੀਂ ਲਿਖਾਂਗੇ ਐਕਸ ਮਲਟੀਪਲਾਈ 30। ਇਹ ਤੁਸੀਂ ਇੱਕ ਸਾਈਡ ਤੇ ਲਿਖ ਲੈਣਾ ਹੈ ਇਜ਼ ਇਕੁਅਲ ਟੂ 50 ਮਲਟੀਪਲਾਈ 48। ਇਹਨਾਂ ਨੂੰ ਇੱਕ ਸਾਈਡ ਤੇ ਲਿਖ ਲੈਣਾ, ਫਿਰ ਐਕਸ ਇਜ਼ ਇਕੁਅਲ ਟੂ 15 ਮਲਟੀਪਲਾਈ 48 ਅਪੋਨ 30। ਇਹ ਜਿਹੜਾ 30 ਆ ਜਿਸਦੇ ਵਿੱਚ ਦੇਖੋ ਮਲਟੀਪਲਾਈ ਦਾ ਸਾਈਨ ਆ ਜਾਂਦਾ ਉਹ ਹਮੇਸ਼ਾ ਜਦੋਂ ਦੂਜੀ ਸਾਈਡ ਜਾਊਗਾ ਤਾਂ ਕੀ ਜਾਊਗਾ, ਨੀਚੇ ਜਾਊਗਾ। ਠੀਕ ਹੈ ਜੀ, ਇੱਥੇ ਹੀ ਕਰਾਂਗੇ ਅਸੀਂ ਕਟਿੰਗ ਕਰ ਦਾਂਗੇ। ਦੇਖੋ 15 1 ਦਾ 15 2 ਦਾ, ਫਿਰ 2 ਦੇ ਟੇਬਲ 'ਚ 48 ਕੀਤਾ ਆਇਆ 24 ਤੇ, ਤਾਂ ਸਾਡੇ ਕੋਲ ਕੀ ਇੱਥੇ ਆਨਸਰ ਕੱਢਿਆ ਸੀ ਕਿ 24 ਜਿਹੜੇ ਨੇ ਸਾਡੇ ਕੋਲ ਇਹ ਵਰਕਰ ਚਾਹੀਦੇ। 11th ਕੁਐਸਚਨ ਆ ਸਾਡੇ ਕੋਲ, ਫੈਕਟਰਾਈਜ਼ 49 ਐਕਸ ਦਾ ਸਕੁਅਰ ਮਾਈਨਸ 36। ਦੇਖੋ ਇਸ ਨੂੰ ਤੁਸੀਂ ਕਿਵੇਂ ਕਰਨਾ ਹੈ, 49 ਐਕਸ ਸਕੁਅਰ ਮਾਈਨਸ 36। ਤੁਸੀਂ ਦੇਖਣਾ ਇੱਥੇ ਜਿਹੜਾ 49 ਹੈ ਇਹ ਕਿਹੜਾ ਐਸਾ ਡਿਜਿਟ ਹੈ ਜਿਸ ਨੂੰ ਉਸ ਨਾਲ ਮਲਟੀਪਲਾਈ ਕਰਨ ਦੇ ਨਾਲ ਹੀ 49 ਬਣ ਜਾਏ, ਤਾਂ ਸਾਨੂੰ ਪਤਾ ਹੈ 7 ਇੱਥੇ ਐਕਸ ਸਕੁਅਰ ਨਾਲ ਲਿਖ ਲੈਣਾ। ਠੀਕ ਹੈ ਜੀ, ਇਸ ਨੂੰ ਬਾਹਰ ਇਸ ਨਾਲ ਬ੍ਰੈਕਟ ਦੇ ਵਿੱਚ ਪਾਉਣਾ ਹੈ। ਮਾਈਨਸ ਹੁਣ 36 ਕਿਹੜਾ ਐਸਾ ਡਿਜਿਟ ਹੈ ਜਿਸ ਨੂੰ ਉਸ ਨਾਲ ਮਲਟੀਪਲਾਈ ਕਰਨ ਦੇ ਨਾਲ 36 ਬਣ ਜਾਏ, ਅਸੀਂ ਲਿਖਾਂਗੇ 6 ਦਾ ਸਕੁਅਰ। ਹੁਣ ਇੱਥੇ ਕੀ ਕਰਨਾ ਹੈ, ਸਾਡੀ ਆਇਡੈਂਟੀ ਬਣ ਗਈ, ਇੱਥੇ ਕਿਹੜੀ ਆਇਡੈਂਟੀ ਬਣ ਗਈ, a ਸਕੁਅਰ ਮਾਈਨਸ b ਸਕੁਅਰ ਇਜ਼ ਇਕੁਅਲ ਟੂ a ਪਲੱਸ b ਐਂਡ a ਮਾਈਨਸ b। ਤਾਂ ਇੱਥੇ ਕੀ ਲਗਾਵਾਂਗੇ, a ਦੀ ਜਗ੍ਹਾ ਤੇ ਕੀ ਆ, ਇਹ a ਦੀ ਵੈਲਿਊ ਹੈ ਐਂਡ ਇਹ ਦੂਜੀ b ਦੀ ਵੈਲਿਊ ਮੰਨ ਲੈਣੀ। a ਦੀ ਵੈਲਿਊ ਕਿੰਨੀ ਹੈ, 7x। ਕਈ ਸਟੂਡੈਂਟ ਦੇ ਨਾਲ ਸਕੁਅਰ ਲਗਾਉਣ ਲੱਗ ਜਾਂਦੇ ਨੇ, ਉਹ ਨਹੀਂ ਲਗਾਉਣਾ, ਤੁਸੀਂ ਜੋ ਬ੍ਰੈਕਟ ਦੇ ਅੰਦਰ ਵੈਲਿਊ ਲਿਖੀ ਆ ਉਹੀ ਪੁੱਟ ਕਰਨੀ ਆ। ਦੇਖੋ a ਦੀ ਵੈਲਿਊ ਕਿੰਨੀ ਹੈ, 7x ਪਲੱਸ b ਦੀ ਵੈਲਿਊ 6 ਐਨ ਇੱਕ ਬ੍ਰੈਕਟ ਦੇ ਵਿੱਚ, ਫਿਰ a ਦੀ ਵੈਲਿਊ 7x ਮਾਈਨਸ 6 b ਦੀ ਵੈਲਿਊ 6। ਇਹ ਸਾਡੇ ਕੋਲ ਆਨਸਰ ਬਣ ਗਿਆ। 12 ਨੰਬਰ ਤੇ ਕੁਐਸਚਨ ਆ ਸਾਡੇ ਕੋਲ, ਦਿੱਤੀ ਗਈ ਸਮੀਕਰਨ ਨੂੰ ਹੱਲ ਕਰੋ, ਸੋਲਵ ਦਾ ਗਿਵਨ ਇਕੁਏਸ਼ਨ। ਦੇਖੋ ਜਿਹੜੀ ਇਕੁਏਸ਼ਨ ਦਿੱਤੀ ਆ ਉਹਦੀ ਤੁਹਾਨੂੰ ਤੁਸੀਂ ਇਸ ਨੂੰ ਕੀ ਕਰਨਾ ਹੈ, ਕ੍ਰੋਸ ਮਲਟੀਪਲਾਈ ਕਰ ਦੇਣਾ। ਠੀਕ ਹੈ ਜੀ, ਹੁਣ ਇੱਥੇ 5 ਇੱਥੇ ਲਿਖਾਂਗੇ, ਐਕਸ ਮਾਈਨਸ 5 ਅੰਦਰ ਲਗਾ ਲਾਂਗੇ ਇਜ਼ ਇਕੁਅਲ ਟੂ ਫਿਰ 3 ਬਾਹਰ, ਐਕਸ ਮਾਈਨਸ 3 ਅੰਦਰ। ਹੁਣ 5 ਨੂੰ ਐਕਸ ਨਾਲ ਮਲਟੀਪਲਾਈ ਕੀਤਾ, 5x ਮਾਈਨਸ ਫਿਰ 5 ਨੂੰ 5 ਨਾਲ ਹੀ ਮਲਟੀਪਲਾਈ ਕਰਨਾ ਹੈ, ਇਹਦਾ ਆਨਸਰ ਆਏਗਾ 25 ਇਜ਼ ਇਕੁਅਲ ਟੂ ਫਿਰ 3 ਨੂੰ ਐਕਸ ਨਾਲ 3x ਮਾਈਨਸ ਫਿਰ 3 ਨੂੰ 3 ਨਾਲ ਮਲਟੀਪਲਾਈ 9। ਹੁਣ ਦੇਖੋ ਤੁਸੀਂ ਕੀ ਕਰਨਾ, ਜਿਹੜੀ ਐਕਸ ਐਕਸ ਵੈਲਿਊ ਜਿਹੜੀਆਂ ਉਹ ਇਕੱਠੀਆਂ ਕਰ ਲੈਣੀਆਂ, 5x ਆਪਣੀ ਜਗ੍ਹਾ ਤੇ, 3x ਦੂਜੀ ਸਾਈਡ ਜਾਏਗਾ ਤਾਂ ਕੀ ਹੋ ਜਾਏਗਾ, ਮਾਈਨਸ 3x ਇਜ਼ ਇਕੁਅਲ ਟੂ ਮਾਈਨਸ 9 ਆਪਣੀ ਜਗ੍ਹਾ ਤੇ ਰੱਖਣਾ ਹੈ, ਔਰ ਇਹ ਮਾਈਨਸ 25 ਜਦੋਂ ਦੂਜੀ ਜਗ੍ਹਾ ਜਾਏਗਾ ਤਾਂ ਕੀ ਹੋਏਗਾ ਸਾਡੇ ਕੋਲ, ਪਲੱਸ ਵਿੱਚ ਹੋ ਜਾਏਗਾ ਪਲੱਸ 25। 5x ਤੋਂ 3x ਮਾਈਨਸ ਕੀਤੇ ਆਨਸਰ ਆਇਆ ਸਾਡੇ ਕੋਲ 2x ਇਜ਼ ਇਕੁਅਲ ਟੂ ਪਲੱਸ ਮਾਈਨਸ ਮਾਈਨਸ 25 ਦੇ ਵਿੱਚੋਂ 9 ਮਾਈਨਸ ਕੀਤੇ ਆਨਸਰ ਆਇਆ ਸਾਡੇ ਕੋਲ 16। ਫਿਰ ਦੇਖੋ ਇਹਨਾਂ ਦੋਨਾਂ ਦੇ ਵਿੱਚ ਕੋਈ ਡਿਜਿਟ ਨਹੀਂ ਤਾਂ ਕੀ ਹੋਊਗਾ, ਐਕਸ ਆਪਣੀ ਜਗ੍ਹਾ ਤੇ 16 ਆਪਣੀ ਜਗ੍ਹਾ ਤੇ, ਜਿਹੜਾ 2 ਆ ਉਹ ਨੀਚੇ ਚਲ ਜਾਏਗਾ ਔਰ ਇੱਥੇ ਨੀਚੇ ਜਾ ਕੇ ਡਿਵਾਈਡ ਦੀ ਆਪਸ਼ਨ 'ਚ ਆ ਜਾਏਗਾ। ਫਿਰ ਇੱਥੇ ਇਸਦੀ ਕਟਿੰਗ ਕਰ ਦਾਂਗੇ, 2 ਦੇ ਟੇਬਲ 16 ਕਿੱਥੇ ਆਇਆ 8 ਤੇ, ਤਾਂ ਐਕਸ ਦੀ ਵੈਲਿਊ ਕੀ ਬਣ ਗਈ ਸਾਡੇ ਕੋਲ,
8 ਤਾਂ ਆਨਸਰ ਹੋ ਗਿਆ ਸਾਡੇ ਕੋਲ 8। 12 ਕੁਐਸਚਨ ਦਾ ਹੀ ਔਰ ਪਾਰਟ ਆ ਸਾਡੇ ਕੋਲ, ਰੇਸ਼ੋ ਆਫ ਟੂ ਨੰਬਰ ਇਜ਼ 5:3 ਇਫ ਦੇਅਰ ਡਿਫਰੈਂਸ ਇਜ਼ 18 ਦੈਨ ਫਾਈਂਡ ਦਾ ਨੰਬਰ। ਦੋ ਸੰਖਿਆਵਾਂ ਦਾ ਅਨੁਪਾਤ 5:3 ਹੈ, ਜੇਕਰ ਇਹਨਾਂ ਵਿਚਕਾਰ ਅੰਤਰ 18 ਦਾ ਹੋਵੇ ਤਾਂ ਸੰਖਿਆਵਾਂ ਪਤਾ ਕਰੋ। ਇਸ ਕੁਐਸਚਨ ਨੂੰ ਤੁਸੀਂ ਸਟਾਰਟ ਕਰਨਾ, ਦੇਖੋ ਕਿਵੇਂ ਲਿਖਣਾ ਹੈ, ਲੈਟ ਨੰਬਰ ਇਜ਼ ਇਕਵਲ ਟੂ 5x ਐਂਡ 3x। ਜਿਹੜੀ ਰੇਸ਼ੋ ਹੁੰਦੀ ਹੈ ਉਹਦੇ ਨਾਲ ਤੁਸੀਂ ਹਮੇਸ਼ਾ x ਪੁੱਟ ਕਰ ਲੈਣਾ। ਫਿਰ ਅੱਗੇ ਅਕੋਰਡਿੰਗ ਟੂ ਕੁਐਸਚਨ, ਕੁਐਸਚਨ ਕੀ ਕਹਿ ਰਿਹਾ, ਦੇਖੋ ਜਿਹੜੀ ਜਿਹੜੀ ਤੁਹਾਨੂੰ ਸੰਖਿਆਵਾਂ ਦਿੱਤੀਆਂ, ਨੰਬਰ ਦਿੱਤੇ ਆ, ਉਹਨਾਂ ਦਾ ਕੀ ਹੈ, ਦੋਨਾਂ ਵਿੱਚ ਡਿਫਰੈਂਸ। ਇੱਥੇ ਮਾਈਨਸ ਪਾ ਲਓ, ਡਿਫਰੈਂਸ -3x ਇਜ਼ ਇਕਵਲ ਟੂ ਕਿੰਨਾ ਆਏਗਾ ਸਾਡੇ ਕੋਲ, ਕਹਿੰਦਾ 18। ਠੀਕ ਹੈ, ਇਹਨੂੰ ਤੁਸੀਂ ਮਾਈਨਸ ਕਰੋ, ਆਇਆ 2x ਇਜ਼ ਇਕਵਲ ਟੂ 18, ਫਿਰ x ਇਜ਼ ਇਕਵਲ ਟੂ 18, 2 ਨੀਚੇ ਚਲੇ ਗਿਆ ਤੇ 2 ਨਾਲ ਇਸ ਦੀ ਕਟਿੰਗ ਕਰਤੀ, ਕਿੰਨਾ ਆਇਆ ਸਾਡੇ ਕੋਲ 9, x ਇਕਵਲ ਟੂ 9 ਆਨਸਰ ਆ ਗਿਆ। ਹੁਣ ਇਸ ਨੂੰ ਅਸੀਂ ਕੀ ਕਰਾਂਗੇ, ਪੁੱਟ ਕਰਨਾ ਹੈ x ਦੀ ਵੈਲਿਊ ਨੂੰ, ਇੱਥੇ ਪੁੱਟ ਕਰਨਾ ਹੈ ਕਿਵੇਂ, ਦੇਖੋ 5x 5x ਦੀ ਜਗ੍ਹਾ ਤੇ 9, ਇਹ ਮਲਟੀਪਲਾਈ ਦੀ ਫਾਰਮ ਚ ਆਊਗਾ, 9 5 ਦਾ 35। ਫਿਰ ਇਸੇ ਤਰੀਕੇ ਨਾਲ ਹੀ 3 3x, ਫਿਰ 3 ਦੇ 3 ਇੱਥੇ ਰੱਖਣਾ ਬਾਹਰ ਔਰ 9 ਅੰਦਰ ਰੱਖਣਾ, x ਦੀ ਵੈਲਿਊ 9 ਆਈ ਹੈ ਉਹ ਇੱਥੇ ਉਹੀ ਪੁੱਟ ਕਰਨੀ ਹੈ, 9 3 ਦਾ 27। ਤਾਂ ਸਾਡੇ ਕੋਲ ਦੋ ਸੰਖਿਆਵਾਂ ਕੀ ਆ ਗਈਆਂ, 45 ਐਂਡ 27। ਹੁਣ ਜੇ ਤੁਸੀਂ ਇਹਦਾ ਆਨਸਰ ਵੀ ਚੈੱਕ ਕਰੋਗੇ, ਦੇਖੋ 47 ਦੇ ਵਿੱਚੋਂ ਜਦੋਂ ਤੁਸੀਂ 27 ਨੂੰ ਮਾਈਨਸ ਕਰੋਗੇ ਤਾਂ ਕਿੰਨਾ ਆਨਸਰ ਆਏਗਾ, 50 ਚੋਂ 7 8, 3 ਚੋਂ 2 1, ਤਾਂ 18 ਹੀ ਆਏਗਾ। ਇਹ ਤੁਸੀਂ ਇਸ ਨੂੰ ਚੈੱਕ ਵੀ ਕਰ। 30 ਨੰਬਰ ਦੇ ਕੁਐਸਚਨ ਆ ਸਾਡੇ ਕੋਲ, ਆਇਤ ਓਕੇ ਦੀ ਰਚਨਾ ਕਰੋ ਜਿਸ ਵਿੱਚ ਓਕੇ ਇਜ਼ ਇਕਵਲ ਟੂ 7 ਸੈਂਟੀਮੀਟਰ ਐਂਡ ਕੇ ਏ 5 ਸੈਂਟੀਮੀਟਰ ਹੈ। ਕੰਸਟਰਕਟ ਰੈਕਟੈਂਗਲ ਓਕੇ, ਤੁਸੀਂ ਇੱਕ ਰੈਕਟੈਂਗਲ ਕੰਸਟਰਕਟ ਕਰਨਾ ਹੈ, ਦੇਖੋ ਕਿਵੇਂ ਕਰਨਾ ਹੈ। ਮੰਨ ਲਓ ਤੁਸੀਂ ਇੱਥੇ ਇੱਕ ਲਾਈਨ ਲਗਾ ਲੈਣੀ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਇੱਥੇ ਤੁਸੀਂ ਇੱਕ 90 ਡਿਗਰੀ ਦਾ ਐਂਗਲ ਬਣਾ ਲੈਣਾ ਹੈ, ਇਸ ਤਰ੍ਹਾਂ ਇੱਕ ਚਾਪ ਬਣਾ ਕੇ 90 ਡਿਗਰੀ ਦਾ ਐਂਗਲ ਬਣਾ ਲੈਣਾ ਤੁਸੀਂ ਇੱਥੇ, ਠੀਕ ਹੈ ਜੀ। ਇਸ ਨੂੰ ਅਸੀਂ ਇਸ ਨਾਲ ਲਾਈਨ ਮਾਰ ਦੇਣੀ ਹੈ, ਇੱਥੇ ਵੀ ਤੁਸੀਂ ਦੂਜੀ ਸਾਈਡ ਵੀ ਇਸ ਤਰੀਕੇ ਨਾਲ ਕਰ ਦੇਣਾ, ਪਰ ਇੱਥੇ ਤੁਸੀਂ ਪੁਆਇੰਟ ਲਗਾ ਕੇ 90 ਡਿਗਰੀ ਦਾ ਐਂਗਲ ਬਣਾ ਕੇ ਇਸ ਨੂੰ ਤੁਸੀਂ ਇੱਥੇ ਪੁਆਇੰਟ ਬਣਾ ਲੈਣਾ, ਇੱਥੇ ਲਾਈਨ ਲਿਖ ਲੈਣੀ ਤੁਸੀਂ ਇਹ ਓ ਕੇ, ਐਂਡ ਇਹਨਾਂ ਨੂੰ ਤੁਸੀਂ ਜੁਆਇੰਟ ਕਰ ਦੇਣਾ, ਇਹ ਬਣ ਗਈ ਇੱਥੇ ਏ ਐਂਡ ਵਾਈ। ਤਾਂ ਸਾਡੇ ਕੋਲ ਕੀ ਬਣ ਗਿਆ ਇਹ, ਓ ਕੇ ਏ ਵਾਈ ਕੇ। ਹੁਣ ਇੱਥੇ ਤੁਸੀਂ ਇਹਦੀਆਂ ਡਾਇਮੈਂਸ਼ਨ ਲਿਖ ਦੇਣੀ ਹੈ, 7 ਸੈਂਟੀਮੀਟਰ, ਕੇ ਏ ਦੀ ਕਿੰਨੀ ਹੈ 5 ਸੈਂਟੀਮੀਟਰ, ਫਿਰ ਸਾਡੇ ਕੋਲ ਕੀ ਬਣ ਗਿਆ ਇਹ, ਓ ਕੇ ਏ ਵਾਈ ਓਕੇ। ਅੱਗੇ ਕੀ ਹੈ ਸਾਡੇ ਕੋਲ, ਕੰਸਟਰਕਟ ਕੋਆਰਡੀਨੇਟਰ, ਇੱਕ ਚਤੁਰਭੁਜ ਬਣਾਉਣਾ ਤੁਸੀਂ, ਗੋਲਡ ਦੀ ਰਚਨਾ ਕਰੋ, ਗੋਲਡ ਦੇ ਨਾਂ ਤੇ ਯਾਨੀ GOLD, ਇਹ ਤੁਸੀਂ ਜਿਹੜੀ ਡਾਇਮੈਂਸ਼ਨ ਰੱਖਣੀ ਹੈ ਯਾਨੀ ਉਸਦਾ ਜਿਹੜਾ ਨਾਮ ਦੇਣਾ ਤੁਸੀਂ ਉਸਨੂੰ ਗੋਲਡ ਦੇਣਾ, GOLD ਰੱਖਣਾ, ਠੀਕ ਹੈ ਜੀ। ਫਿਰ ਅੱਗੇ ਕੀ ਹੈ ਸਾਡੇ ਕੋਲ, OL, ਹੁਣ OL ਅਸੀਂ ਪਤਾ ਕਰਨਾ ਕਿ ਇਹ ਸਾਈਡ ਬਣਾਈਏ ਕਿ ਐਂਗਲ ਹੈ ਕੀ ਹੈ ਇਹ, ਤਾਂ ਸਾਨੂੰ ਪਤਾ ਕਿ ਜਿਹੜੀ OL, ਦੇਖੋ ਇਹ ਇਕੱਠਾ ਲਿਖਿਆ, OL ਦਾ ਇਹਦਾ ਮਤਲਬ ਇਹ ਸਾਈਡ ਹੈ। ਫਿਰ GL, ਹੁਣ G ਔਰ L ਦੇ ਵਿੱਚ ਕੀ ਹੈ, ਦੇਖੋ ਇੱਕ ਦਾ ਗੈਪ ਹੈ, ਉਹ ਮਿਸਿੰਗ ਹੈ, ਤਾਂ ਇਸਦਾ ਮਤਲਬ ਕੀ ਹੋਇਆ, ਇਹ ਕੀ ਹੋਇਆ, ਇਹ ਡਾਇਗਨਲ ਬਣ। ਨੈਕਸਟ ਕੀ ਹੈ, GD, ਮਤਲਬ ਕਿ D ਤੋਂ ਬਾਅਦ ਕੀ ਆ ਰਿਹਾ, G, ਤਾਂ ਇਹ ਵੀ ਸਾਡੇ ਕੋਲ ਇੱਕ ਸਾਈਡ ਹੈ। ਫਿਰ LD, ਇਹ ਵੀ ਇਕੱਠਾ ਲਿਖਿਆ ਹੋਇਆ, ਇਹ ਵੀ ਸਾਈਡ ਹੈ। ਫਿਰ OD, O ਔਰ D ਦੇ ਵਿੱਚ ਗੈਪ ਹੈ, ਦੇਖੋ L ਦਾ, ਇਸ ਮਤਲਬ ਕੀ ਹੋਇਆ, ਇਹ ਸਾਡੇ ਕੋਲ ਡਾਇਗਨਲ ਬਣਾਉਣਾ ਹੈ। ਦੇਖੋ ਪਹਿਲਾਂ ਤੁਸੀਂ ਇੱਥੇ ਲਾਈਨ ਮਾਰ ਲੈਣੀ ਹੈ, ਉਹ ਕੀ ਬਣ ਗਈ ਸਾਡੇ ਕੋਲ, ਸਾਈਡ OL ਕਿੰਨੀ ਆ ਸਾਡੇ ਕੋਲ, 7.5 ਸੈਂਟੀਮੀਟਰ, ਠੀਕ ਹੈ ਜੀ। ਫਿਰ ਇਸ ਤਰੀਕੇ ਨਾਲ ਤੁਸੀਂ ਇੱਥੇ ਲਾਈਨ ਉਗਾਰ ਕੇ ਇੱਥੇ 90 ਡਿਗਰੀ ਦਾ ਐਂਗਲ ਬਣਾ ਕੇ ਇਸ ਨੂੰ ਬਣਾ ਲੈਣਾ ਇੱਥੇ D, ਔਰ ਇੱਥੋਂ ਅਸੀਂ ਖਿੱਚ ਲੈਣੀ ਇਹ ਡਾਇਗਨਲ, ਔਰ ਇੱਥੇ ਤੁਸੀਂ ਫੇਰ ਇੱਥੇ ਬਣਾ ਦੇਣਾ ਤੁਸੀਂ ਇੱਥੇ ਚਾਪ ਲਗਾ ਕੇ 90 ਡਿਗਰੀ ਦਾ ਐਂਗਲ ਇਸ ਨਾਲ ਮਿਲਾ ਦੇਣਾ, ਔਰ ਇੱਥੋਂ ਇਸ ਦੇ ਨਾਲ ਮਿਲਾ ਦੇਣਾ, ਤਾਂ ਇਹਦਾ ਨੰਬਰ ਲਿਖ ਦੇਣਾ ਇੱਥੇ, ਇਹ ਕੀ ਬਣ ਗਿਆ ਸਾਡੇ ਕੋਲ, G, ਤਾਂ ਇਹ ਕੀ ਬਣ ਗਿਆ ਸਾਡੇ ਕੋਲ, GOLD, ਗੋਲਡ। 40 ਨੰਬਰ ਤੇ ਕੁਐਸਚਨ ਆ ਸਾਡੇ ਕੋਲ, ਫਾਈਂਡ ਦਾ ਨੰਬਰ ਆਫ ਫੇਸਿਸ ਆਫ ਅ ਸੋਲਿਡ ਵਿਚ ਹੈਜ਼ 6 ਵਰਟਿਕਸ ਐਂਡ 12 ਐਜਿਸ। ਕਹਿੰਦੇ ਉਸ ਠੋਸ ਆਕਾਰ ਦੇ ਫਲਕਾਂ ਦੀ ਗਿਣਤੀ ਪਤਾ ਕਰੋ ਜਿਸ ਦੇ ਸਿਖਰਾਂ ਦੀ ਗਿਣਤੀ 6 ਅਤੇ ਕਿਨਾਰਿਆਂ ਦੀ ਗਿਣਤੀ 12 ਹੋਵੇ। ਤਾਂ ਇਹਦਾ ਇੱਥੇ ਫਾਰਮੂਲਾ ਲੱਗਣਾ, ਦੇਖੋ F+V ਇਜ਼ ਇਕਵਲ ਟੂ E+2। ਹੁਣ ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਵਿੱਚ ਤੁਸੀਂ ਇਸ ਨੂੰ ਯਾਦ ਰੱਖਣਾ ਹੈ, ਫੇਸਬੁੱਕ ਦੇ ਨਾਮ ਨਾਲ F ਤੋਂ ਕੀ ਬਣ ਗਿਆ ਸਾਡੇ ਕੋਲ, ਫਲਕ, ਠੀਕ ਹੈ ਜੀ। ਪਲੱਸ S ਤੋਂ ਕੀ ਬਣ ਗਿਆ ਸਾਡੇ ਕੋਲ, ਸਿਖਰ, ਇਜ਼ ਇਕਵਲ ਟੂ K ਤੋਂ ਕੀ ਬਣ ਗਿਆ ਸਾਡੇ ਕੋਲ, ਕਿਨਾਰੇ, ਐਂਡ +2 ਤੁਸੀਂ ਪਿੱਛੇ ਲਗਾ। F ਦੀ ਵੈਲਿਊ ਵੀ ਅਸੀਂ ਫਾਈਂਡ ਕਰਨੀ ਹੈ, ਪਲੱਸ V ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, 6 ਇਜ਼ ਇਕਵਲ ਟੂ E ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, 12, ਯਾਨੀ ਐਜਿਸ ਜਾਂ ਕਿਨਾਰੇ ਕਿੰਨੇ ਆ, 12 +2 ਪਿੱਛੇ, ਠੀਕ ਹੈ ਜੀ। ਇਜ਼ ਇਕਵਲ F +6 ਇਜ਼ ਇਕਵਲ ਟੂ 12 ਟੂ 14, ਫਿਰ F ਇਜ਼ ਇਕਵਲ ਟੂ 14, 6 ਦੂਜੀ ਸਾਈਡ ਜਾਏਗਾ, ਉੱਥੇ ਜਾ ਕੇ ਹੋਏਗਾ, ਮਾਈਨਸ ਹੋ ਜਾਏਗਾ,
-6f इज इक्वल टू इसमें माइनस कितना ना कि आंसर आएगा साढ़े को 8, यानी फलका या फेसी साढ़े को कितने आ गए 8। 15 नंबर से क्वेश्चन है, m का मूल पता करो जिसके लिए 5 दी पावर m डिवाइड 5 दी पावर -3 इज इक्वल टू 5 दी पावर 5। वैल्यू पता करनी है तुसी m दी, देखो इतने ऐसी इक्वेशन लिखना है की दी है सानू उसने 5 दी पावर m डिवाइड 5 दी पावर 3 इज इक्वल टू 5 दी पावर 5। तो पहले दस्या सीगा जे दोनों दे विच डिवाइड आ जाए ता की होगा पावना जेडी है वो माइनस हो जाएगी। देखो इतने कितना लिखना है m फिर पावर माइनस होएगी और इतने -3। इतने तुझे कंफ्यूज नहीं होना, तुम्हें जी वैल्यू कितनी दी है वो -3, उन्होंने ब्रैकेट के विच रख लेना है, ये माइनस जो सानू डिवाइड दे करके लगाना पै रहा है। ठीक है, इज इक्वल टू 5 दी पावर 5, फिर इतने 5 माइनस माइनस प्लस एम प्लस 3 इज इक्वल टू 5 दी पावर 5। हूँ जो इज इक्वल टू इस साइड 5 है इस साइड 5 है तो भी वैल्यू जी है इक्वल हो जाएगी। इतने अं लिख सकते हैं एम प्लस 3 इज इक्वल टू 5, एम इज इक्वल टू 5 माइनस 3, ये जो 3 है दूसरी साइड जाके की हो जाएगा माइनस हो जाएगा, तो एम की वैल्यू होगी साढ़े को 2। इसी और पार्ट कर सकते हो, देखो इस की है ए की पावर 4 मल्टीप्लाई ए की पावर 3, तो तुम्हें पता है मल्टीप्लाई आ जाए तो पावर की हो जाता प्लस, तो इसका आंसर की बन जाएगा साढ़े को ए की पावर 7। फिर ऐसा जो डिवाइड आ जाए तो पावर माइनस हो गया तो ए की पावर की आ जाएगी 1, यानी ऑप्शन हो जाएगा साढ़े को ए वाला, और पहले का सिगा साढ़े को ऑप्शन ए 7, और दूसरा नेक्स्ट आ गया साढ़े को। हम देखो पावर इतने एक ब्रैकेट के अंदर है 4 और एक बाहर है, उसमें की करना तुम्हें मल्टीप्लाई कर देना है 4 मल्टीप्लाई 3, तो आंसर की आ गया साढ़े को ए की पावर 12, ऑप्शन की होगा साढ़े को सेकेंड, और ऐसा ही डी की पावर डी, और ऐसा ही फिर नेक्स्ट की है ए दी पावर 0 यानी ए दी डिग्री, तो तुम्हें पता ही है कि ए दी डिग्री जो आ जाए तो की बन जाता है 1, आंसर की हो जाएगा साढ़े को ऑप्शन च 3। 16 नंबर के क्वेश्चन है, हेठ दी सारणी लई रेखी ग्राफ बनाओ, ड्रा लीनियर ग्राफ फॉर द फॉलोइंग टेबल। ठीक है, तुम्हें लीनियर ग्राफ बनाना है, देखो मैं तुम्हें एक ग्राफ शो किया हुआ इतने, इतने तुम्हें वैल्यू पुट कर लेनी है। देखो साइड ऑफ स्केयर है जी नीचे लिखी है असी, ये की है साइड ऑफ स्केयर है और अगे की है एरिया इन सेंटीमीटर, वो ये की है साढ़े को एरिया इन सेंटीमीटर के लिखा हुआ। ठीक है जी, तुम इतने जिस तरह देखो 4, 9, 16, 25, 36 है, इतना असी इसे करके की किया 4 4 का गैप पा दिया। ठीक है, हम असी देखना इतने 2 एंड 4, और इतने 2 ते आ जाना असी, फिर असी 4 ते जाके इतने पॉइंट लगा। ठीक है जी, फिर उस तो बाद की है साढ़े को 3 ते 9, फिर 3 ते आके साढ़े को अंदाजे ना तुसी जाना 8 ते ऊपर 1, इतना लाइन बना के थोड़ी जी हल्की जी इतने तुम्हें पता लग जाएगा भी पॉइंट। ठीक है जी, फिर उस तो बाद तुसी आ जाओ 4 ते 4 ते की देखना है 16, इतने तुसी हल्की जी तुसी इनू जिहड़ी हल्की जी वैल लाइन मार रहे हैं तुसी बाद चो इनू अरेज कर देना, आपणी लाइनां नू अरेज कर देना। ठीक है जी, फिर उस अगे की है 5, 5 का की है 25, 25 मान लो तुहाडे कोल इत्थे किते आ गया। ठीक है जी, फिर उस बाद की है 6 का 36, 36 थोड़ा जा होर ऊपर चले गया, फिर उस बाद की है साढ़े को 6 दी जाके कितने है 36, मान लो साढ़े को 6 ए ऊपर चले गया, वो इसनों तुसी इस करके बाद चो इसनों ये लाइन जेडे पॉइंट ने इन्हें तुसी ऐसा मिला देना। ठीक है, ये साढ़े को की बन गया है लीनियर ग्राफ बन गया। नेक्स्ट साढ़े को सेक्शन डी स्टार्ट हो गया जी, सेक्शन डी दे विच तुहाडे कोल हर एक क्वेश्चन जेड़ा 6 नंबर दा है, 17 क्वेश्चन है इहदे विच, ऑन अ पर्टिकुलर डे द सेल्स इन रुपीज ऑफ डिफरेंट आइटम ऑफ बेकरस शो पर गिवन बिलो, एक खास दिन किसी बेकरी दुकान विच होईयां वख-वख वस्तुआं दी विक्री रुपयां च हेठां दित्ती गई है। इतने क्वेश्चन की पूछना उसने ड्रा है पाई चार्ट, हूँ तुम्हें पता है पाई चार्ट बनाने के लिए इस तरीके का देखो पाई चार्ट होंगे तुम्हें पता ही है गोल राउंड के पीछे। ठीक है, तो पाई चार्ट बनाने के लिए तुम्हें पता है जो कितने डिग्री का होंगे 360 डिग्री का होंगे, और इसकी पहले अभी वैल्यू कटा, देखो वैल्यू किमें कटा, इसका सेंटर एंगल कटने की करा, इतने लिख लेंगे जो कॉलम बना लेना इतने सेंटर एंगल। ठीक है जी, इतने तुम सेंटर एंगल लिख लियो, फिर अगे करना अभी हूँ जिसका अभी हूँ जिदा अभी एंगल कटना है वो किमें कटा, देखो जिस तरह लिखा है 320, ये रफ च करना है काम 320 अपोन के लिखा जो टोटल जो टोटल दी गिनती ये लिखा 720, फिर मल्टीप्लाई इसमें किस ना करना है 360 के नाल। ठीक है जी, 0 ना 0 कट गई, 36 के टेबल के 72 कितने आया 2 से, फिर 2 ना इसमें डिवाइड करोगे आंसर आएगा तुहाडे कोल 160, वो तुसी इत्थे पुट कर। ठीक है, इस तरह तुसी फिर 80 का कटोगे, 80 अपॉन 720 मल्टीप्लाई 360, फिर 0 ना 0 कट गई 36 के टेबल च 72 2 से, फिर इसमें कटिंग किया कि आया साढ़े को 40, इतने आ गया साढ़े को 40। इस तरह तुम जो बाकी कटोगे तो की आ जाएगा साढ़े को इतने 80 आ जाएगा, इतने 60 आ जाएगा, एंड नेक्स्ट साढ़े को इतने 20 आ जाएगा। फिर नेक्स्ट अभी पाई चार्ट बनाने लिए की करा, देखो इतने एक राउंड की शेप के इस तरह पाई चार्ट बना लेंगे, उस सेंटर के इस तरह रख के तुम अंदाजे जिस तरह तुम्हें पता है कि 160 का एक बहुत व्डा
ਜਿਹੜਾ ਐਂਗਲ ਦਿਖਾਉਣਾ ਹੈ ਤੁਸੀਂ ਇਸ ਤਰੀਕੇ ਨਾਲ ਦਿਖਾ ਸਕਦੇ ਹੋ, ਠੀਕ ਹੈ ਜੀ। ਇਹ ਉੱਪਰ ਵਾਲਾ ਤੁਹਾਡੇ ਕੋਲ ਸਾਰਾ 160 ਦਾ ਬਣ ਜਾਏਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ 40 ਦਿਖਾਉਣਾ ਹੈ, ਇਹ ਬਣ ਗਿਆ ਦੇਖੋ ਸਾਡੇ ਕੋਲ 40 ਦਾ। ਫਿਰ 80 ਦਿਖਾਉਣਾ ਹੈ, ਉਹ ਥੋੜ੍ਹਾ ਜਿਹਾ ਵੱਡਾ 80, ਠੀਕ ਹੈ ਜੀ। ਫਿਰ ਇੱਕ 20 ਦਿਖਾਉਣਾ ਹੈ, ਔਰ ਇੱਥੇ ਤੁਸੀਂ 20 ਦਿਖਾ ਸਕਦੇ ਹੋ। ਇਹ ਸਾਡੇ ਕੋਲ ਕੀ ਵਜਿਆ ਸਾਡੇ ਕੋਲ 60 ਦਾ। ਇਹ ਸਾਡੇ ਕੋਲ ਦੇਖੋ ਪਾਈ ਚਾਰਟ ਜਿਹੜਾ ਬਣ ਕੇ ਤਿਆਰ। ਨੈਕਸਟ 17 ਦਾ ਹੀ ਸਾਡੇ ਕੋਲ ਹੋਰ ਪਾਰਟ ਹੈ। ਕਿਸੇ ਫੈਕਟਰੀ ਦੇ 30 ਮਜ਼ਦੂਰਾਂ ਦੀ ਹਫ਼ਤੇ ਦੀ ਆਮਦਨ ਰੁਪਏ ਵਿੱਚ ਹੇਠਾਂ ਲਿਖੀ ਹੈ। ਦਾ ਵੀਕਲੀ ਵੇਜਿਸ ਇਨ ਰੁਪੀਸ ਆਫ 30 ਵਰਕਰਸ ਇਨ ਦਾ ਫੈਕਟਰੀ ਆਰ। ਇਹ ਉਹਨਾਂ ਦੀ ਜਿਹੜੀ ਹੈ ਸੈਲਰੀ ਲਿਖੀ ਹੋਈ ਹੈ ਨੀਚੇ, ਠੀਕ ਹੈ ਜੀ। ਤੇ ਇਸ ਨੂੰ ਤੁਸੀਂ ਦੇਖੋ ਇਸ ਤਰ੍ਹਾਂ ਦਾ ਅੱਗੇ ਕੁਐਸਚਨ ਕੀ ਹੈ। ਯੂਜ਼ਿੰਗ ਟੈਲੀ ਮਾਰਕਸ ਮੇਕ ਅ ਫ੍ਰੀਕੁਐਂਸੀ ਟੇਬਲ ਵਿਦ ਇੰਟਰਵਲ 800 ਤੋਂ 810, 810 ਤੋਂ 820 ਐਂਡ ਸੋ ਔਨ। ਦੇਖੋ ਇਸ ਤਰ੍ਹਾਂ ਇਹ ਮੈਂ ਦੇਖੋ ਇਹ ਤੁਹਾਡੇ ਕੋਲ ਚਾਰਟ ਬਣਾ ਕੇ ਸਾਹਮਣੇ ਤੁਹਾਨੂੰ ਦਿਖਾਇਆ ਹੋਇਆ 810। ਇਸ ਤਰ੍ਹਾਂ ਤੁਸੀਂ ਇੱਕ ਇੰਟਰਵਲ ਤਿਆਰ ਕਰ ਲੈਣਾ, ਠੀਕ ਹੈ। ਫਿਰ ਫ੍ਰੀਕੁਐਂਸੀ ਲਿਖ ਲੈਣੀ ਹੈ ਜਿਸ ਤਰ੍ਹਾਂ 800 ਟੂ 810, ਠੀਕ ਹੈ। ਤੁਸੀਂ ਕੀ ਕਰਨਾ ਇੱਥੇ ਗਿਣਤੀ ਕਰ ਲੈਣੀ ਹੈ ਵੀ 800 ਤੋਂ 810 ਦੇ ਵਿੱਚ ਕਿੰਨੇ ਕਿੰਨੇ ਆਏ, ਠੀਕ ਹੈ। ਤੁਸੀਂ ਇੱਥੇ ਮੰਨ ਲਓ ਇੱਕ ਤੁਹਾਨੂੰ ਐਗਜ਼ਾਮਪਲ ਦੇ ਕੇ ਦੇਣਾ। ਤੁਸੀਂ ਕੀ ਕਰਨਾ ਇੱਥੇ ਦੇਖੋ, ਦੇਖੋਗੇ ਤੁਸੀਂ 800 ਔਰ 800, ਯਾਨੀ 810 ਜਿਹੜਾ ਤੁਸੀਂ ਇੱਥੇ ਉਹ ਪੂਰਾ ਨਹੀਂ ਦੇਖਣਾ, ਤੁਸੀਂ 810 ਤੋਂ ਇੱਕ ਘੱਟ ਦੇਖਣਾ ਹੈ। ਉਹ ਕੀ ਦੇਖਣਾ ਹੈ? 809, ਠੀਕ ਹੈ ਜੀ। ਜਿਹੜਾ 810 ਹੈ ਇਹ ਤੁਸੀਂ ਨੈਕਸਟ ਦੇ ਵਿੱਚ ਦੇਖ। ਹੁਣ ਦੇਖੋ 800 ਤੋਂ 809 ਆਪਾਂ ਦੇਖਣਾ ਹੈ ਤਾਂ ਆਪਾਂ ਲੱਭ ਲਓ ਇੱਥੇ ਕਿੰਨੇ ਆ। ਦੇਖੋ ਇੱਕ ਇਹ ਆ 804, 1, 802 ਐਂਡ ਹੋਰ ਦੇਖੋ ਇੱਥੇ ਕਿੱਥੇ ਆ 806, 3, ਠੀਕ ਹੈ ਜੀ। ਇਹ ਸਾਡੇ ਕੋਲ 3 ਫਾਈਂਡ ਆਊਟ ਹੋ ਗਏ। ਦੇਖੋ ਜਿਸ ਤਰ੍ਹਾਂ 810 ਲਿਖਿਆ ਇਹ ਨਹੀਂ ਤੁਸੀਂ ਗਿਣਨਾ, ਠੀਕ ਹੈ। ਇਹ ਤੁਸੀਂ ਨੈਕਸਟ ਵਿੱਚ ਗਿਣੋ ਤਾਂ ਸਾਡੇ ਕੋਲ ਆ ਗਿਆ ਦੇਖੋ 3, ਔਰ ਇੱਥੇ ਟੈਲੀ ਬਣਾ ਦੇਣੀ ਹੈ 3, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਸਾਰਾ ਟੇਬਲ ਬਣਾ ਕੇ ਉਸਦੀ ਟੈਲੀ ਵਾਲਾ ਟੇਬਲ ਜਿਹੜਾ ਬਣਾ ਦੇਣਾ। 18 ਕੁਐਸਚਨ ਆ ਸਾਡੇ ਕੋਲ। ਦਾ ਡਾਇਗਨਲ ਆਫ ਅ ਕੁਆਰਡੀਨੇਟਰ ਸ਼ੇਪਡ ਫੀਲਡ ਇਜ਼ 24 ਮੀਟਰ ਐਂਡ ਦਾ ਪਰਪੈਂਡੀਕੁਲਰ ਇਜ਼ ਡ੍ਰੌਪਡ ਔਨ ਇਟ। ਕਹਿੰਦੇ ਇੱਕ ਕੁਆਰਡੀਨੇਟਰ ਸ਼ੇਪ ਦਾ ਖੇਤ ਹੈ ਤੁਹਾਡੇ ਕੋਲ 24 ਮੀਟਰ ਐਂਡ ਦਾ ਪਰਪੈਂਡੀਕੁਲਰ ਡ੍ਰੌਪ ਡਾਊਨ ਇੱਟ, ਇਹ ਤੁਹਾਡੇ ਕੋਲ ਪਰਪੈਂਡੀਕੁਲਰ ਬਣਾਏ ਹੋਏ ਨੇ, ਠੀਕ ਹੈ ਜੀ। ਫਰੋਮ ਦਾ ਰਿਮੇਨਿੰਗ ਆਪੋਜ਼ਿਟ ਵਰਟਿਕਸ ਆਰ 8 ਮੀਟਰ ਐਂਡ 30 ਮੀਟਰ, ਫਾਈਂਡ ਦਾ ਏਰੀਆ ਆਫ ਦਾ ਫੀਲਡ। ਇਸ ਕੁਐਸਚਨ ਨੂੰ ਸੋਲਵ ਅਸੀਂ ਕਰਾਂਗੇ। ਦੇਖੋ ਪਹਿਲਾਂ ਅਸੀਂ ਲਿਖਾਂਗੇ H1 ਇਜ਼ ਇਕੁਅਲ ਟੂ 13, H2 ਇਜ਼ ਇਕੁਅਲ ਟੂ 8 ਮੀਟਰ ਐਂਡ ਡਾਇਗਨਲ ਕਿੰਨਾ ਸਾਡੇ ਕੋਲ 24 ਮੀਟਰ, ਠੀਕ ਹੈ। ਇੱਥੇ ਲਗਾਵਾਂਗੇ ਅਸੀਂ ਏਰੀਆ ਇਜ਼ ਇਕੁਅਲ ਟੂ 1/2 ਮਲਟੀਪਲਾਈ ਡੀ ਮਲਟੀਪਲਾਈ H1 ਪਲੱਸ H2। ਇੱਥੇ ਵੈਲਿਊ ਭਰ ਦਾਂਗੇ 1/2 ਮਲਟੀਪਲਾਈ ਡੀ ਦੀ ਵੈਲਿਊ 24, ਫਿਰ ਮਲਟੀਪਲਾਈ ਬ੍ਰੈਕਟ ਦੇ ਵਿੱਚ 13 ਪਲੱਸ 8, ਠੀਕ ਹੈ ਜੀ। ਇਹ 2 ਨਾਲ 24 ਦੀ ਕਟਿੰਗ ਹੋ ਜਾਏਗੀ 12, 12 ਮਲਟੀਪਲਾਈ ਇਸ ਨੂੰ ਪਲੱਸ ਕਰਕੇ ਕਿੰਨਾ ਆਨਸਰ ਆਇਆ ਸਾਡੇ ਕੋਲ 21। ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 252 ਮੀਟਰ ਸਕੇਅਰ। ਨੈਕਸਟ ਕੁਐਸਚਨ ਆ ਸਾਡੇ ਕੋਲ। ਅ ਰੋਡ ਰੋਲਰ ਟੇਕਸ 750 ਕੰਪਲੀਟ ਰੈਵੋਲੂਸ਼ਨ ਟੂ ਮੂਵ ਵਾਂਸ ਓਵਰ ਦਾ ਲੈਵਲ ਰੋਡ। ਦੇਖੋ ਜਿਸ ਤਰ੍ਹਾਂ ਇਹ ਰੋਡ ਰੋਲਰ ਤੁਹਾਨੂੰ ਦਿਖਾਇਆ ਹੋਇਆ ਇਸ ਪਿਕਚਰ ਦੇ ਵਿੱਚ, ਉਹ ਕਹਿੰਦਾ ਜਿਹੜਾ ਮਤਲਬ ਕਿ ਚੱਕਰ ਲਗਾਉਂਦਾ ਜਿਹੜਾ ਇਹਦਾ ਇੱਕ ਰੋਲਰ ਆ ਜਿਹੜਾ ਅਵਲਾ, ਇਹ 750 ਕੰਪਲੀਟ ਰੈਵੋਲੂਸ਼ਨ ਕਰਦਾ ਹੈ ਓਵਰ ਦਾ ਲੈਵਲ ਰੋਡ। ਰੋਡ ਨੂੰ ਲੈਵਲ ਕਰਨ ਦੇ ਲਈ 750 ਜਿਹੜੇ ਚੱਕਰ ਲਗਾ ਦਿੰਦਾ ਹੈ। ਫਾਈਂਡ ਦਾ ਏਰੀਆ ਆਫ ਦਾ ਰੋਡ ਇਫ ਦਾ ਡਾਇਮੀਟਰ ਆਫ ਏ ਰੋਡ ਰੋਲਰ ਇਜ਼ 84 ਸੈਂਟੀਮੀਟਰ ਐਂਡ ਲੈਂਥ ਇਜ਼ 1। ਕਹਿੰਦਾ ਤੁਸੀਂ ਇਸ ਦਾ ਏਰੀਆ ਫਾਈਂਡ ਕਰਨਾ ਹੈ ਰੋਡ ਦਾ, ਵੀ ਜੇ ਜਿਹੜਾ ਇਹਦਾ ਰੋਲਰ ਹੈ ਇਸ ਦਾ ਜਿਹੜਾ ਡਾਇਮੀਟਰ ਆ ਉਹ ਕਿੰਨਾ ਹੈ ਤੁਹਾਡੇ ਕੋਲ 80 ਸੈਂਟੀਮੀਟਰ ਐਂਡ ਲੈਂਥ ਕਿੰਨੀ ਦਿੱਤੀ ਤੁਹਾਡੇ ਕੋਲ 1 ਮੀਟਰ, ਠੀਕ ਹੈ। ਤੁਸੀਂ ਪਹਿਲਾਂ ਇੱਥੇ ਲਿਖੋਗੇ ਦੇਖੋ ਡੀ ਇਜ਼ ਇਕੁਅਲ ਟੂ ਕਿੰਨਾ ਹੈ 84, ਫਿਰ ਹਮੇਸ਼ਾ ਇਸ ਦਾ ਪਹਿਲਾਂ ਅਸੀਂ ਆਰ ਕੱਢਣਾ ਯਾਨੀ ਰੇਡੀਅਸ ਕੱਢਣਾ ਹੈ, ਉਹ ਲਿਖਾਂਗੇ ਅਸੀਂ 84.2 ਯਾਨੀ ਉਸਦਾ ਹਾਫ ਕਰ ਦੇਣਾ ਜਾਂ 2 ਨਾਲ ਡਿਵਾਈਡ ਕਰ ਦੇਣਾ ਤਾਂ ਆਂਸਰ ਆ ਜਾਏਗਾ ਸਾਡੇ ਕੋਲ ਇੱਥੇ 42 ਸੈਂਟੀਮੀਟਰ, ਠੀਕ ਹੈ ਜੀ। ਫਿਰ ਅੱਗੇ ਕੀ ਆ ਸਾਡੇ ਕੋਲ ਐਚ ਜਿਹੜੀ ਆ ਉਹ ਕਿੰਨੀ ਆ 1 ਮੀਟਰ, ਇਸ ਨੂੰ ਅਸੀਂ ਇਸ ਨੂੰ ਵੀ ਸੈਂਟੀਮੀਟਰ ਚ ਕਨਵਰਟ ਕਰ ਲੈਣਾ ਕਿਉਂਕਿ ਸਾਡੇ ਕੋਲ ਜਿਹੜੀ ਉੱਪਰ ਵੈਲਿਊ ਆ ਰੇਡੀਅਸ ਦੀ ਉਹ ਸੈਂਟੀਮੀਟਰ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਆ, 100 ਸੈਂਟੀਮੀਟਰ। ਤਾਂ ਇੱਥੇ ਲਗਾਵਾਂਗੇ ਅਸੀਂ 100 ਸੈਂਟੀਮੀਟਰ। ਫਿਰ ਅੱਗੇ ਅਸੀਂ ਫਾਰਮੂਲਾ ਲਗਾਵਾਂਗੇ ਏਰੀਆ ਆਫ ਰੋਡ ਇਜ਼ ਇਕੁਅਲ ਟੂ, ਏਰੀਆ ਆਫ ਰੋਡ ਦਾ ਮਤਲਬ ਕੀ ਹੋਇਆ ਇੱਥੇ ਸਾਡੇ ਕੋਲ ਕਿਸ ਸ਼ੇਪ ਚਾਹੇ ਸਿਲੰਡਰ ਦੀ ਸ਼ੇਪ ਵਾਲਾ ਫਾਰਮੂਲਾ ਲਗਾਉਣਾ ਤੁਸੀਂ, ਠੀਕ ਹੈ। ਇੱਥੇ ਲਗਾਵਾਂਗੇ 2 πr h ਜਿੰਨਾ ਵੀ ਆਊਗਾ, ਤੇ 750 ਜਿਹੜਾ ਮਤਲਬ ਕਿ 750 ਜਿਹੜਾ ਕੰਪਲੀਟ ਰੈਗੂਲੇਸ਼ਨ ਨੇ ਉਸ ਨਾਲ ਮਲਟੀਪਲਾਈ ਕਰ ਦੇਣਾ, ਠੀਕ ਹੈ ਜੀ। ਇੱਥੇ ਤੁਹਾਡੇ ਕੋਲ ਕੀ ਆਇਆ 2 μ π ਦੀ ਵੈਲਿਊ ਹਮੇਸ਼ਾ ਕੀ ਬਣਾਉਣੀ ਹੈ ਤੁਸੀਂ 22.7, ਆਰ ਸਾਡੇ ਕੋਲ ਆ ਗਿਆ ਦੇਖੋ 42 ਮਲਟੀਪਲਾਈ ਐਚ ਕਿੰਨਾ ਸਾਡੇ ਕੋਲ 100 ਮਲਟੀਪਲਾਈ ਫਿਰ ਅੱਗੇ ਲਿਖ ਲਓ 750, ਠੀਕ ਹੈ ਜੀ। ਹੁਣ ਇਹ 7 ਨੂੰ 42 ਨਾਲ ਕਟਿੰਗ ਕਰਤੀ, ਆਨਸਰ ਆ ਗਿਆ ਸਾਡੇ ਕੋਲ 6, ਔਰ ਤੁਸੀਂ ਇਸ ਨੂੰ ਸਾਰਿਆਂ ਨੂੰ ਜਦੋਂ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆਏਗਾ 198 1 2 3 4 5 ਐਂਡ 50, ਠੀਕ ਹੈ ਜੀ, ਸੈਂਟੀਮੀਟਰ ਸਕੇਅਰ। ਹੁਣ ਇਸ ਨੂੰ ਤੁਸੀਂ ਕੀ ਕਰਨਾ, ਲਾਸਟ ਦੇ ਵਿੱਚ ਮੀਟਰ ਸਕੇਅਰ ਦੇ ਵਿੱਚ ਕਨਵਰਟ ਕਰ ਦੇਣਾ। ਮੀਟਰ ਸਕੇਅਰ ਦੇ ਵਿੱਚ ਅਸੀਂ ਕਿਵੇਂ ਕਨਵਰਟ ਕਰਾਂਗੇ
1981123450 पा के नीचे असी करांगे 110,000 दे नाल डिवाइड, ठीक है, क्योंकि तुहानू पता होना चाहिए। देखो 1 मीटर इज इक्वल टू किन्ने सेंटीमीटर होंगे, 1 सेंटीमीटर, तो 1 सेंटीमीटर दे विच किन्ने मीटर होए, 1/100 मीटर, ठीक है, तो 1 सेंटीमीटर स्केयर दे विच किन्ने मीटर होए, फिर 1/1000 मीटर, तो 1/10,000 मीटर, ठीक है जी। तो इसमें अभी डिवाइड कर देंगे, देखो ये जी जीरो ने कटिंग कर देंगे, जीरो ने जीरो कट गई, फिर ये कट गई, ये भी कट गई, ये भी गई, तो साढ़े को 1980 मीटर स्केयर। सो ये चीज साडा 8th का मैथ का सैंपल पेपर। आई होप तुम सारे क्वेश्चन जोड़े ने बहुत ही ईजी तरीके समझ आ गए हो। तो नैक्सट जो जिस तरह भी पेपर जोड़े ने 20 तरीक तो स्टार्ट हो जाएंगे, उस तरीके जो 2 दिन पहला जो पेपर अभी इतने पाते रहेंगे प्री बोर्ड के। और तुम मैं कमेंट करके जरूर दस्यो कि तुम होर किडियो जी पहला चाहिए आ, और किस तरीके की कोई प्रॉब्लम आती है तुम वह भी मैं पूछ सकते हो। मेरा टैलीग्राम का लिंक भी जोड़ा है वो नीचे डिस्क्रिप्शन के दिता हुआ, तुम उ भी जाके अपने इस ग्रुप में ऐड कर सकते हो, और तुम कोई भी क्वेश्चन जो मैं पुट कर सकते हो, और मैं हरेक क्वेश्चन का जो आंसर जरूर दूँ। तो इसलिए तुम मेरे चैनल में सबसक्राइब कर लो, तो आने वाली वीडियो जी है वो टाइम के मिल जाए। सो मिलते हैं जी फिर नैक्सट वीडियो।